बारह माह माज महला पंजवा मगर माए सुंदिया हर पर संग बैठड़िया तिनकी शोभा क्या गणी जे साहेब में लड़िया मगर माए सुंदिया हर पर संग बैठड़िया तिनकी शोभा क्या गणी जे साहेब में लड़िया ये बारह माह महाराज पंजवें पातशाही श्री गुरु अर्जन देव दे बारह माह का मकसद की है कि बारह महीने बारह मौसम जैसा जैसा मौसम आता है ऐसा गुरु साहब जी फरमाते और महीना साड़ा मनुष्य जन्म है मनुष्य जन्म जड़ा है गुरु साहब जी इदी एक बहुत बड़ी तारीफ कर रहे हैं वो रूहां सोहनिया ने वो रूहां पवित्र ने जिहड़ियां अपने मालक दे चरणां च बैठिया उन्हां दी शोभा असी कुछ नहीं कर सकते साड़ी इन्नी जबान इजाजत नहीं दे सकती इन्नी साढ़े च शक्ति नहीं कि असी उन्हां दी शोभा करिए कई बार अगे भी दस्या है कि जिन्हां दा दरबार है 40 साल उन्हें तपस्या की है और 3 दिन 3 रात अपने मालक के चरणों च रहे अज उन्हां दी शोभा जिहड़ी है असी कोई बयान नहीं कर सकते असी अंदाजा नहीं ला सकते साड़ी ऐसी जबान ही नहीं कि असी किस जबान के नाल असी उन्हां दी शोभा करिए असी शोभा दे लायक है ही नहीं वो अपनी शोभा आपे ही नहीं उन्हां रूहां वास्ते गुरु साहब जी फरमा रहे हैं जिन्हां ने दिन रात शब्द की कमाई की और अपने मालक के चरणों में बैठे उन्हां दी तारीफ असी कुछ नहीं कर सकते ना साडे विच इन्नी शक्ति है तारीफ करन दी तारीफ ते तद ही करिए ना कि जे साडे जे कोई गुण होवे साडे ते कोई गुण ही नहीं इहदे दादू साहब ने भी अपनी बाणी च फरमाया क्या मुखले हंसीए दादू दी जे रोए जन्म अमोलक अपना चले अकारथ खोए दादू साहब ने भी बाणी विच फरमाया है कि असी कोई खुशी वाला काम नहीं किया कोई खुश वाला हसण वाला कोई काम नहीं किया किहड़े मूँह दे नाल असी हसीए किस मूँह दे नाल असी खुश होईए इस मूँह दे विच्चों साडी जबान दे विच्चों की कुछ निकलदा है असी अपने आप का आपे ही तजर्बा कर लीए साड़ी जबान दे विच्चों की कुछ निकलता है क्या साड़ी जबान पवित्र है जो जो साड़ी जबान दे विच्चों लफज निकलते हैं कि वो फकीरी दे लायक ने जो पवित्र ने जो लफज पवित्र नहीं तो साड़ा मुख भी कितना पवित्र हो सकता है फकीरां ने जिन्हां ने कमाई की है उन्हें सिवाए उस प्रभु दे उस परमात्मा दे दूसरी गल नहीं की
ਹਜ਼ੂਰ ਜਿਹਨਾਂ ਦਾ ਦਰਬਾਰ ਹੈ, ਕਈ ਵਾਰ ਅੱਗੇ ਵੀ ਦੱਸਿਆ ਹੈ ਕਿ ਜਦ ਵੀ ਉਹਨਾਂ ਦੇ ਪਾਸ ਕੋਈ ਬੰਦਾ ਆਉਂਦਾ ਸੀ, ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਕਹਿੰਦੇ ਹੁੰਦੇ ਸੀ ਕਿ ਭਜਨ ਕਰਿਆ ਕਰੋ। ਉਹਨਾਂ ਦੇ ਮੁੱਖ ਪਵਿੱਤਰ ਦੇ ਵਿੱਚੋਂ ਇਹੀ ਲਫ਼ਜ਼ ਨਿਕਲਦਾ ਹੁੰਦਾ ਸੀ ਕਿ ਭਜਨ ਕਰਿਆ ਕਰੋ। ਅਸੀਂ ਉਹਨਾਂ ਦੀ ਤਾਰੀਫ ਨਹੀਂ ਕੋਈ ਕਰ ਸਕਦੇ, ਉਹ ਆਪਣੀ ਤਾਰੀਫ ਆਪੇ ਹੀ ਨੇ। ਸਾਡੇ 'ਚ ਕੋਈ ਐਸਾ ਗੁਣ ਨਹੀਂ, ਸਾਡੀ ਜ਼ਬਾਨ ਇੰਨੀ ਪਵਿੱਤਰ ਨਹੀਂ ਕਿ ਅਸੀਂ ਉਸ ਪਵਿੱਤਰ ਹਸਤੀ ਦੀ ਤਾਰੀਫ ਕਰੀਏ। ਹਾਂਜੀ, ਮਗਰ ਮਾਹੇ ਸੁਆਂਦੀਆਂ ਹਰ ਪਿਰ ਸੰਗ ਬੈਠਣੀਆਂ, ਤਿਨ ਕੀ ਸੋਭਾ ਕਿਆ ਗਣੀ, ਜੋ ਸਾਹਿਬ ਮੇਲੜੀਆਂ। ਗੁਰੂ ਸਾਹਿਬ ਜੀ ਉਹਨਾਂ ਦੀ ਸ਼ੋਭਾ ਕਰ ਰਿਹਾ ਹੈ ਜਿਹੜੇ ਆਪਣੇ ਮਾਲਕ ਦੇ ਨਾਲ ਮਿਲ ਗਏ। ਉਹਨਾਂ ਦੀ ਸ਼ੋਭਾ ਅਸੀਂ ਕੀ ਕਰ ਸਕਦੇ ਹਾਂ ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਗੱਲ ਨਾਲ ਲਾ ਲਿਆ, ਉਹਦੀ ਤਾਰੀਫ ਕੀ ਕਰ ਸਕਦੇ ਹਾਂ ਅਸੀਂ? ਅਸੀਂ ਕੋਈ ਤਾਰੀਫ ਨਹੀਂ ਕਰ ਸਕਦੇ। ਹਾਂਜੀ, ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਹੇਲੜੀਆਂ, ਸਾਧ ਜਨਾ ਤੇ ਬਾਰੀ ਸੇ ਰਹਿਣ ਕੇ ਲੜੀਆਂ। ਬਾਣੀ ਸੰਗਤਾਂ ਦੀ ਸਾਨੂੰ ਸਮਝਾਉਣ ਵਾਸਤੇ ਹੈ। ਇਹ ਦਰਖਤਾਂ ਨੂੰ ਨਹੀਂ ਸਮਝਾ ਰਹੀ, ਪਸ਼ੂਆਂ ਨੂੰ ਨਹੀਂ ਸਮਝਾ ਰਹੀ, ਕੀੜਿਆਂ ਮਕੌੜਿਆਂ ਨੂੰ ਨਹੀਂ ਸਮਝਾ ਰਹੀ। ਗੁਰੂ ਸਾਹਿਬ ਜੀ ਫਰਮਾਉਂਦੇ ਆ ਕਿ ਕਿਸ ਤਰ੍ਹਾਂ ਉਹ ਸੋਭਾਵੰਤ ਬਣੇ ਹੈ। ਤਨ ਮਨ ਸੌਂਪਿਆ ਰਾਮ ਸੀ, ਤਨ ਮਨ ਆਪਣਾ ਸੌਂਪ ਦਿੱਤਾ, ਕੁਛ ਨਹੀਂ ਪੱਲੇ ਰੱਖਿਆ, ਸਭ ਕੁਝ ਜਦੋਂ ਤਨ ਮਨ ਸੌਂਪ ਦਿੱਤਾ ਪਿੱਛੇ ਰਹਿ ਕੀ ਗਿਆ। ਇਸੇ ਵਾਸਤੇ ਅੱਗੇ ਵੀ ਕਈ ਵਾਰ ਫਰਮਾਇਆ ਹੈ, ਰਾਜੇ ਜਨਕ ਨੂੰ ਜਦੋਂ ਇਹ ਖਾਹਿਸ਼ ਉੱਠੀ ਕਿ ਘੋੜੇ ਦੀ ਰਕਾਬ 'ਤੇ ਪੈਰ ਰੱਖਦਿਆਂ ਮੈਨੂੰ ਕੋਈ ਗਿਆਨ ਦਿਓ, ਤਮਾਮ ਆਪਣੇ ਰਾਜ ਦੇ ਜਿਤਨੇ ਸਾਧੂ ਤਪੱਸੀ ਜੋਗੀ ਜਗੀਸ਼ਰ ਸਭ ਇਕੱਠੇ ਕਰ ਲਏ, ਸਭ ਇਕੱਠੇ ਕਰ ਲਏ। ਇੱਕ ਸਿੰਘਾਸਨ ਬਣਾਇਆ ਸੀ ਜਿਹੜਾ ਉਹ ਸਾਧੂ ਦੇ ਬਹਿਣ ਵਾਸਤੇ ਜਿਸਨੇ ਗਿਆਨ ਦੇਣਾ ਸੀ, ਉਸ ਸਿੰਘਾਸਨ 'ਤੇ ਕੋਈ ਬੈਠ ਨਹੀਂ ਸਕਿਆ। ਗਿਆਨ ਤਾਂ ਅਸੀਂ ਲਿਆ ਨਹੀਂ ਹੁੰਦਾ ਕਿਸੇ ਕੋਲੋਂ, ਅਸੀਂ ਦੇਣਾ ਕਿਹਨੂੰ ਹੈ, ਕਿੱਥੋਂ ਦੇਵਾਂਗੇ ਗਿਆਨ? ਸਭ ਤੋਂ ਪਹਿਲਾਂ ਅਸੀਂ ਸਤਿਗੁਰ ਦਾ ਹੁਕਮ ਮੰਨਣਾ ਹੈ, ਜੋ ਸਤਿਗੁਰ ਸਾਨੂੰ ਕਹੇ ਸੋ ਅਸੀਂ ਕਰੀਏ, ਸਾਡੇ ਵਿੱਚ ਉਹ ਗਿਆਨ ਪੈਦਾ ਹੋਵੇ, ਉਹ ਸ਼ਕਤੀ ਪੈਦਾ ਹੋਵੇ, ਤਾਕਤ ਪੈਦਾ ਹੋਵੇ, ਫਿਰ ਅਸੀਂ ਦੂਸਰੇ ਨੂੰ ਗਿਆਨ ਦੇ ਸਕਦੇ। ਕੋਈ ਵੀ ਉਹਨਾਂ ਦੇ ਵਿੱਚੋਂ ਉਹ ਸਿੰਘਾਸਨ 'ਤੇ ਬੈਠਾ ਨਹੀਂ। ਇੱਕ ਅਸ਼ਟਾਵਕਰ ਸੀ, ਉਹ ਉੱਠ ਕੇ ਉਹ ਸਿੰਘਾਸਨ 'ਤੇ ਬੈਠ ਗਿਆ, ਪਰ ਅਸ਼ਟਾਵਕਰ ਦਾ ਜਿਹੜਾ ਸਰੀਰ ਸੀ ਉਹ ਬੜਾ ਡੀਂਗਾ ਤੇਡਾ ਸੀ, ਚਲਦਿਆਂ ਵੀ ਉਹਨਾਂ ਨੂੰ ਵਲ ਲੱਗਦੇ ਸਨ। ਸਾਰੇ ਜੋਗੀ ਜਗੀਸ਼ਰ ਜਿਤਨੇ ਵੀ ਬੈਠੇ ਸੀ ਤਪੱਸੀ ਵਗੈਰਾ ਸਾਰੇ ਹੱਸਣ ਲੱਗੇ, ਇਹ ਕਿੱਥੋਂ ਆ ਗਿਆ ਮਹਾਤਮਾ, ਇਹਦਾ ਤਾਂ ਸਰੀਰ ਹੀ ਨਹੀਂ ਚੰਗਾ। ਜਦੋਂ ਅਸ਼ਟਾਵਕਰ ਨੇ ਦੇਖਿਆ ਇਹ ਸਾਰੇ ਮੈਨੂੰ ਹੱਸ ਰਹੇ, ਮੇਰਾ ਸਰੀਰ ਦੇ ਕੇ ਹੱਸ ਰਹੇ, ਅਸ਼ਟਾਵਕਰ ਨੇ ਕਿਹਾ ਸਾਧੂਓ ਜੋਗੀਓ ਜਗੀਸ਼ਰੋ, ਮੈਂ ਤਾਂ ਸਮਝਦਾ ਸੀ ਕਿ ਸਾਧ ਮੰਡਲੀ ਹੈ, ਲੇਕਿਨ ਤੁਸੀਂ ਤਾਂ ਚਮੜੇ ਦੀ ਪਛਾਣ ਕਰਨ ਵਾਲੇ ਹੋ, ਤੁਸੀਂ ਚਮੜੇ ਦੀ ਪਛਾਣ ਕਰਨ ਵਾਲੇ ਹੋ, ਤੁਸੀਂ ਮੇਰੇ ਗਿਆਨ ਦੀ ਪਛਾਣ ਨਹੀਂ ਕੀਤੀ। ਭਾਈ ਇਹ ਸਰੀਰ ਜਿਹੜਾ ਹੈ ਇਹ ਉਸ ਪਰਮਾਤਮਾ ਦੀ ਮਾਇਆ ਹੈ,
ਜਿਸ ਤਰ੍ਹਾਂ ਦਾ ਮਰਜ਼ੀ ਹੈ ਕਿਸੇ ਦਾ ਬਣਾ ਦੇਵੇ, ਇਹ ਉਹਦੀ ਮੌਜ ਹੈ, ਇਹ ਆਪਣੇ ਕਿਸੇ ਦੇ ਹਥਿਆਰ ਨੇ। ਲੇਕਿਨ ਤੁਸੀਂ ਮੇਰਾ ਗਿਆਨ ਨਹੀਂ ਦੇਖਿਆ। ਰਾਜੇ ਨੂੰ ਕਿਹਾ, ਰਾਜਾ ਤੂੰ ਗੁਰੂ ਧਾਰਨ ਕਰਨਾ ਹੈ, ਗਿਆਨ ਲੈਣਾ ਹੈ। ਹਾਂ, ਤੈਨੂੰ ਪਤਾ ਹੈ ਕਿ ਦਸ਼ਨਾ ਕੀ ਆਉਂਦੀ ਹੈ ਗੁਰੂ ਧਾਰਨ, ਦੱਸੋ ਜੀ ਕੀ ਆਉਂਦੀ ਹੈ? ਤਨ ਮਨ ਧਨ ਦੀ ਕੁਰਬਾਨੀ ਦੇਣਾ ਪਏਗੀ, ਸੋਚਾਂ ਪੈ ਗਿਆ। ਵਜ਼ੀਰ ਦੀਵਾਨਾਂ ਨੂੰ ਪੁੱਛਿਆ, ਰਾਣੀਆਂ ਨੂੰ ਪੁੱਛਿਆ, ਸਾਰਿਆਂ ਨੇ ਸਲਾਹ ਮਸ਼ਵਰਾ ਕਰਕੇ ਸਾਰਿਆਂ ਦੇ ਨਾਲ ਤੋਂ ਵਾਅਦਾ ਕਰ ਲਿਆ, ਜੀ ਮੈਂ ਤਨ ਮਨ ਧਨ ਦੀ ਕੁਰਬਾਨੀ ਦੇ ਦਿੰਦਾ। ਕਹਿਣ ਲੱਗੇ, ਜਾਓ ਤਬੇਲੇ ਜੂ ਘੋੜਾ ਲਿਆਓ। ਜਦੋਂ ਘੋੜਾ ਲਿਆਂਦਾ, ਰਾਜਾ ਜਨਕ ਰਕਾਬ 'ਤੇ ਪੈਰ ਰੱਖਣ ਲੱਗਾ। ਅਸ਼ਟਾਵਕਰ ਨੇ ਕਿਹਾ, ਰਾਜਾ ਕੀ ਕਰਨ ਲੱਗਾ ਹੈ? ਕਹਿੰਦਾ, ਮੈਂ ਰਕਾਬ 'ਤੇ ਪੈਰ ਰੱਖਣ ਲੱਗਾ, ਮੈਨੂੰ ਗਿਆਨ ਦਿਓ। ਕਹਿੰਦੇ, ਰਾਜਾ ਤੂੰ ਭੋਲਾ ਹੋ ਗਿਆ, ਰਕਾਬ 'ਤੇ ਤੇਰੀ ਹੈ ਹੀ ਨਹੀਂ, ਰਕਾਬ 'ਤੇ ਮੇਰੀ ਹੈ, ਅਤੇ ਤੇਰਾ ਪੈਰ ਵੀ ਮੇਰਾ, ਤੇਰਾ ਮਨ ਵੀ ਮੇਰਾ, ਰਾਜ ਪਾਠ ਵੀ ਮੇਰਾ, ਤੇਰੇ ਪੱਲੇ 'ਤੇ ਕੁਛ ਵੀ ਨਹੀਂ, ਤੂੰ ਰੱਖਣਾ ਕਾਹਦੇ 'ਤੇ ਪੈਰ? ਨਾ ਤੇਰਾ ਘੋੜਾ, ਨਾ ਤੇਰੀ ਰਕਾਬ, ਨਾ ਤੇਰੇ ਖਜ਼ਾਨੇ, ਨਾ ਫੌਜਾਂ, ਨਾ ਰਾਜਪਾਠ, ਨਾ ਹੀ ਤੇਰਾ ਸਰੀਰ, ਅਤੇ ਨਾ ਹੀ ਤੇਰਾ ਮਨ, ਤੇਰੇ ਪੱਲੇ ਕੀ ਹੈ? ਕਾਹਦੇ 'ਤੇ ਪੈਰ ਰੱਖਣਾ ਹੈ? ਮੇਰਾ ਘੋੜਾ, ਮੇਰੀ ਰਕਾਬ, ਮੈਂ ਨਹੀਂ ਰੱਖਣ ਦਿੰਦਾ, ਤੂੰ ਕੀ ਕਰ ਸਕਦਾ? ਮੇਰਾ ਪੈਰ ਹੈ, ਮੈਂ ਨਹੀਂ ਚੁੱਕਣ ਦਿੰਦਾ ਤੈਨੂੰ ਪੈਰ। ਰਾਜੇ ਨੂੰ ਹੋਸ਼ ਆ ਗਈ, ਇਹ ਤਾਂ ਸਭ ਕੁਝ ਮੈਂ ਆਪਣੇ ਹੱਥੀਂ ਦੇ ਦਿੱਤਾ ਹੈ। ਰਾਜਾ, ਚੁੱਪ ਕਰਕੇ ਬੈਠ ਜਾ, ਚੌਂਪੜੀ ਮਾਰ ਕੇ ਬੈਠ ਜਾ, ਕਿਤੇ ਰਾਜ ਪਾਠ ਵੱਲ ਧਿਆਨ ਨਾ ਦੇਈਂ, ਖਜ਼ਾਨਿਆਂ ਵੱਲ ਧਿਆਨ ਨਾ ਦੇਈਂ, ਔਰ ਕਿਸੇ ਵੱਲ ਧਿਆਨ ਨਾ ਦੇਈਂ, ਨਰਕਾਂ ਨੂੰ ਜਾਏਗਾ। ਚੁੱਪ ਕਰਕੇ ਬਹਿ ਜਾ, ਮੇਰੇ ਮਨ ਨੂੰ ਕਿਤੇ ਜਾਣ ਨਾ ਦੇਈਂ ਅੱਗੇ ਪਿੱਛੇ, ਜਰਾ ਤਮੱਜੋ ਦਿੱਤੀ ਰੂਹ ਖਿੱਚ ਕੇ ਉੱਪਰ ਲੈ ਗਏ। ਜੋ ਬਾਣੀ 'ਚ ਵੀ ਲਿਖਿਆ ਹੈ, ਸ਼ਬਦ ਖੁੱਲ੍ਹੇ ਗੁਰਮੇਰ ਸੇ ਖੈਂਚੇ ਸੁਰਤ ਗੁਰੂ ਬਲਵਾਨ, ਸਤਿਗੁਰ ਨੇ ਸੁਰਤ ਨੂੰ ਤਦ ਹੀ ਖਿੱਚਿਆ ਹੈ ਕਿ ਉਹਦੀਆਂ ਆਸੇ ਪਾਸੇ ਦੀਆਂ ਜੜ੍ਹਾਂ ਸਾਰੀਆਂ ਕੱਟ ਕੇ। ਦਰਖਤ ਉਹੀ ਡਿੱਗਦਾ ਜਿਹਦੀਆਂ ਜੜ੍ਹਾਂ ਨਾ ਰਹਿਣਗੀਆਂ, ਉਹ ਦਰਖਤ ਡਿੱਗ ਪਏਗਾ। ਸਾਰੀਆਂ ਜੜ੍ਹਾਂ ਕੱਟ ਕੇ ਬਿਲਕੁਲ ਨਰੋਲ ਕਰ ਦਿੱਤਾ, ਇਕੱਲਾ ਰੂਹ ਖਿੱਚ ਕੇ ਉੱਪਰ ਲੈ ਗਏ, ਸ਼ਬਦ ਨਾਲ ਜੋੜ ਦਿੱਤਾ। ਅਸਲੀ ਗਿਆਨ ਕਿਹੜਾ ਹੈ? ਜਿਹੜਾ ਸਾਡੇ ਅੰਦਰ ਸ਼ਬਦ ਆ ਰਹੀ ਹੈ, ਧੁਣ ਆ ਰਹੀ ਹੈ, ਜਾਂ ਮੁਸਲਮਾਨ ਉਸ ਨੂੰ ਬਾਂਗੇ ਸ਼ਮਾਨੀ ਕਹਿੰਦੇ ਹੈ, ਉਹ ਸ਼ਬਦ ਹੈ, ਉਹ ਗਿਆਨ ਹੈ। ਗੱਲਾਂ ਦਾ ਗਿਆਨ ਨਹੀਂ, ਗੱਲਾਂ ਕਰਨ ਚੰਗੇਰੀਆਂ ਆਚਾਰੀ ਬੁਰੀਆਂ ਬਾਣੀ 'ਚ ਲਿਖਿਆ ਹੈ। ਗੱਲਾਂ ਕਰਨ ਚੰਗੇਰੀਆਂ ਚਾਰੀ ਬੁਰੀਆਂ, ਰੀਸਾਂ ਕਰਨ ਤਿਨ੍ਹਾਂ ਦੀਆਂ ਜੋ ਸੇਵਨ ਦਰ ਖੜੀਆਂ। ਅਸੀਂ ਗੱਲਾਂ 'ਤੇ ਬਹੁਤ ਵੱਡੀਆਂ ਕਰਦੇ ਹਾਂ, ਸਾਡੇ ਆਚਾਰ ਮਾੜੇ ਹੈ, ਖਿਆਲਾਤ ਸਾਡੇ ਮਾੜੇ ਹੈ। ਰੀਸਾਂ ਕਿਨ੍ਹਾਂ ਦੀਆਂ ਕਰਦੇ ਹਾਂ ਅਸੀਂ, ਜਿਹੜੇ ਦਿਨ ਰਾਤ ਉਸ ਮਾਲਕ ਦੇ ਦਰਵਾਜ਼ ਖੜ੍ਹੇ ਹੈ, ਦਿਨ ਰਾਤ ਜੋ ਉਸ ਦਾ ਨਾਮ ਜਪ ਰਿਹਾ ਹੈ। ਜਦੋਂ ਸੁਰਤ ਥੱਲੇ ਆਈ, ਰਾਜੇ ਨੂੰ ਪੁੱਛਿਆ, ਰਾਜਾ ਗਿਆਨ ਹੋਇਆ ਕਿ ਨਹੀਂ? ਕਹਿੰਦਾ, ਜੀ ਹੋ ਗਿਆ, ਕੋਈ ਕਸਰ ਤਾਂ ਨਹੀਂ ਰਹੀ? ਕਹਿੰਦੇ, ਕੋਈ ਕਸਰ ਨਹੀਂ। ਤੋ ਬਾਣੀ 'ਚ ਵੀ ਲਿਖਿਆ ਹੈ, ਗੁਰਪੂਰੇ ਕੀ ਪੋ ਸ਼ਰਨਾਈ, ਗੁਰਪੂਰੇ ਕੀ ਪੋ ਸ਼ਰਨਾਈ, ਮੋਹ ਸੋਗ ਸਭ ਭਰਮ ਮਟਾਈ। ਅਤੇ ਪੂਰੇ ਸਤਿਗੁਰ ਦੀ ਸ਼ਰਨ ਦੇ ਵਿੱਚ ਕੀ ਹੋਇਆ ਇਹਨਾਂ ਨੂੰ,
बहंदे क्यों ने? गुरपुरे की पौ शरनाई, मोह शोक सा भरम हटाई। ऐ पुरुष तू किसका मोह करना है? केड़ी चीज तेरे साथ जान वाली है? जदों अच्छे तरीके नाल बंदा सोचता है तो कोई नज़र नहीं आता, तो कुछ ना कुछ मोह घट जाता। ये नाल सोग चिंता है, चिंता भी घट जाती है। ये सारा भरम है, भरम दूर हो जाता। पर जब तक किसी महापुरखों की असी सिक्ख्या नहीं लेंदे, असी उस सिक्ख्या से चलन की कोशिश नहीं करते, असी भरम चो कि निकल सकते हैं? जो गुरु साहब जी बाणी च फरमा रहे ठीक फरमा रहे, क्योंकि संतां दी बाणी उन्हें दे तजर्बे, जो भी बाणी च लिख रहे है वो आप उन्हें काम किया सो लिख रहे है। हाँ जी, तन मन मोलिया राम संग साध सहेलड़िया, साध जनाते बारी से रहने के लड़िया। जदों राजे दी सुर थले आई, अष्टावक्र ने कहा, राजा ए राजपाट साहब, मैं की करना तेरा राज, पर मेरा करके करें, ये हुण तेरा नहीं है, मेरा है। लुटे पुटे कुछ भी होएगा, घाटा वाधा मेरे सिर, मैं जिम्मेवार हूँ, तू भजन करना है। राजपाट साम, खजाने साम, जो है सब कुछ साम। फकीर साढ़े पासों लेंदे कुछ नहीं, सिर्फ साडा कांटा ही बदलते, साड़ी एक तब्दीली करते हैं। जिथे असी खोबे हाँ पनीरी वाला लेखा, उतों सानू कढ के एक पासे दे कर दे। साईं बुल्ले शाह नू भी इस वास्ते शाह नैत ने फरमाया, पनीरी पुड़द्या पुड़द्या ही शाह नैत ने कहा सी, बोलिया रब दा की पौना, इधरों पुटना ते इधर लाउना, कि दुनिया दे विच्चों मन नू पुटना है ते परमात्मा दी तरफ लगाना है, इन्ना ही काम है। असी दुनिया दे विच जिस तरह पनीरी बीजी जाती है, बहुत एक संघने जाल विच फसे, और पनीरी दी आमदन कितनी को हो सकती है? अगर ना ही जगह जगह लगाया जाए उसका बूटा, तो कितनी की आमदन हो जाएगी? जब उस पनीरी नू जगह जगह लगाया जाता है, हजारा मन उस दे दाने बन जाते। इस तरह साईं बुल्ले शाह नू भी की शाह नैत ने सबक दे दिता सी कि भाई इधरों मन नू पुटना है ते उधर लगाना है परमात्मा दी तरफ। राजे नू सारा राज सौंप दिता और भजन सिमन करना है। जो बाणी जी गुरु साहब जी फरमा रहे है कि सानू एक बार उस मालिक नू अपना तन मन सौंपना ही पएगा। कुरान शरीफ दे विच भी लिखा है, अल्लाह ताला मारेगा, मार के जवाएगा, फिर नहीं वत मारेगा। कुरान शरीफ दे विच लिखा है, एक बार अल्लाह ताला मारेगा, आ तुहाडे सामने मारिया नहीं। जदों बाबा जी दी तीन दिन ते तीन रातां समाधि लगी रही है, मारे नहीं गए, मर के फिर जींदे होए, फिर शब्द कमाया, शब्द रूप बन गए, फिर नहीं मरना होया। फिर फकीर जेड़े शब्द रूप हो जाते हैं, फिर मरते नहीं। ये मरते असी लोग हाँ जेड़े माड़े कर्म करते हैं। गुरमुख को क्या रोई है जो अपने ग्रह में जाए, रोइए साधक बपड़े जो हटो हट बकाए।
गुरमुख अपने देश जाता है, किनू रोना है? असी उन्होंने रोइए जड़े जगह जगह बिकरे हाँ। इतों का पशु हजारा मीलों पर चला जाता, कोई बंदा चला जाता, कोई पशु चला जाता, कोई परिंदा चला जाता, बिकरे हाँ असी सारे। उन्होंने रोइए जड़े बिकरे हैं जगह जगह और दुखी हो रहे हैं। फकीर अपने घर चले जाते हैं, समुद्र की बूंद समुद्र चला गई, वो समुद्र बन गई ना गर्म ते ना ठंडी। इस वास्ते गुरु साहब जी जो कुछ बाणी च फरमा रहे ठीक फरमा रहे है, संतां दे ये तजर्बे है जो उन्होंने आप किया होंदा है सो ही बाणी विच लिखते हैं। हाँ जी, तेन दुख ना कबो तेरे से जम के बस पड़िया, रतन जवार लाल हर कंठ तिना जड़िया। गुरु साहब जी बड़े प्यार दे नाल फरमा रहे है, जेड़े संतां तू बाहर रहिंदे है जीव वो कल्ले रह जांदे है, कल्ली होए ना बना विच लकड़ी। जदों किसी जंगल नूं कट्टिया जांदा जिहड़ा एक दरख्त रहिंदा उहदी कोई शोभा नहीं हुंदी। कूंज अपने डार तों बिछड़ जांदी है, वह भी करलाउंदी रहिंदी है, काशां दे विच मेरा डार बिछड़ गया। कल्ली दी कोई कीमत नहीं। गुरु साहब जी पिछली तुक च ही फरमा रहे है कि जेड़े सात जना कल्ले जीव रह जाते हैं उन्हां दे दुख जेड़े है वो कदी भी दुख मुक नहीं सकते, बेशुमार उन्हां नूं दुख पै जाते हैं। उन्हां नूं 84 भी जाना पैंदा है, 84 दे कुत्ते बिल्ले कीड़े मकोड़े पशु परिंदे भूत प्रेत बनना पैंदा, होर कई जन्मां विच जाना पैंदा है। ये 84 छोटी जिही नहीं है, 84 बहुत बड़ी है। 30 लाख किस्म के दरख्त ने और 27 लाख किस्म के कीड़े मकोड़े ने, 14 लाख किस्म के पैंखी उड्डन वाले। कई पैंखियों वाल तुसी देखिया होगा, ध्यान दो कि जिन्हों का टट्टी पेशाब मूँह राही लंघता है कितना औखा हैगा, कितना उन्होंने सुख होएगा। पुठे लड़के आते हैं दरख्तों के नाल। 9 लाख किस्म दे पानी दे जीव जेड़े पानी दे विच ने। कई बार अगे भी दस्या है कि गुरु नानक देव जी महाराज एक समुंदर का टापू टप रहे सी। मरदाने ने पूछया कि महाराज असी कादे उत्ते जा रहे हैं, ये लिखया है जन्म साखी च। गुरु साहब जी कहन लगे कि मच्छ है जिहदे उत्तों दी असी जा रहे हैं। महाराज ये केड़ा को वड्डा है? उन्हें कहा कि 35 को लम्मा है, 5 को चौड़ा है, इहदे उत्ते जा रहे हैं असी। जदों सिरे ते पहुँचे मच्छ दा मूँह बाहर निकलिया, जा पुछ इसनूं मच्छ क्यों बनिया तू? उसलै दस्या कि मैं मछ नहीं सी, मैं भी सेवक सी संतां दा, पर जदों मैनू कोई काम दसदे सी मैं अगे पिछे तड़फदा सी ते काम घट करदा सी। ते संतां दा मुख वाक उन्हां दा एक सराब लग गया मैनू कि तू मच्छी वांग तड़फदा है ते काम नहीं करदा, मैनू इस मछ दे जन्म विच आउणा पिया। हुण मैं डीकदा सी कि संत महापुरख मेरे उत्तों दी लंघणगे और मेरी मुक्ति होएगी, महापुरखो मेरी मुक्ति करके जायो। हुण तुसी विचार करो एडी वड्डी देह कितने जीव होर खांदे होणगे, कोई फसल बूटा दे समुंदर दे विच नहीं हुंदा, जीव जीव नूं खांदा है, कितने जीव वो खाता होगा तो उन्हों का पेट भरया जाता होगा।
इस वास्ते जो कुछ भी गुरु साहब जी फरमा रहे ठीक फरमा रहे है कि 9 लाख किस्म के जल दे जीव ने और इन्हां विच भी सानू कोई सुख नहीं है। कई बार तुसी देखिया बाहरले मुल्कां विच जदों तमाशे करते अपने तो छोटिया मछियां उन्हां दे मूँह दे विच पाउंदे आ जीउंदियां नूं पाउंदे आ गे बुकां दे बुक उन्हां दे मूँह अड़दे आ बुकां दे बुक पाउंदे आ वो जीउंदियां नूं लंघाई जांदे कितना दुख हैगा। 4 लाख किस्म के भूत प्रेत जिन किन्नर इंसान ते हवान वगैरह इनू 84 कहा जाता है। ये संत महापुरख साढ़े दुख जड़े है इस दुनिया का दुख जड़ा सानू किसी नू बुखार आ गया नमूनिया आ गया जां कोई होर दुख आ गया ये बारे डॉक्टर कीम ते होर कई इलाज हैगे लेकिन जड़ा 84 का दुख है इहदा कोई इलाज नहीं इहदे वास्ते कोई इलाज नहीं। इहदे वास्ते ही सानू संत कहिंदे आ कि भाई देखियो ये मनुष्य जन्म कितें ऐवें ना गुआ दिओ देखियो ये गलत रस्ते ना पै जायो सही रस्ते पियो गलत पासे जाओगे उहदा रिजल्ट गलत निकलेगा। सही रस्ते जे पवो ईश्वर की भगती करो नेक पाक काम करो अच्छे काम करो। बाबे फरीद ने फरमाया फरीदा जिन्हें कमें कोई गुण नहीं सो कमड़े बसार। फकीर सानू समझाउंदे आ किसे कुत्तियां बिल्लियां नूं नहीं समझाउंदे पशुआं नूं नहीं समझाउंदे दरख्तां नूं नहीं समझाउंदे जिन्हें कमां दे विच कोई गुण नहीं। बाबा फरीद जी फरमाउंदे ओ कम नूं बसार दे सानू इन्हां लफ्ज़ां दे उत्ते गौर करनी चाहीदी है सोचना चाहीदा कि जिन्हां दे विच जिस काम च सानू कोई फायदा ही नहीं असी वो काम करांगे की फायदा होएगा सानू लेकिन असी कर रहे हैं बाणी नूं सुनदे भी हाँ पढ़ते भी हाँ लेकिन वो काम असी कर भी रहे हैं जिन्हां दे विच कोई फायदा नहीं। गुरु साहब जी जो बाणी च फरमा रहे ठीक फरमा रहे कि जिहड़ियां साध मात तो रूहां लग रहिंदियां ने वो दुखी ने वो कलियां रह जांदियां ने कली कूंज करलाउंदी रहिंदी है कला जीव कुछ नहीं कर सकता संगत नाल ही सब कुछ हो सकता है। सपारत संगत होवे संगत दे मनसर ही सब कुछ अच्छे बंदे दी तुसीं संगत करोगे अच्छे बन जाओगे माड़े बंदे दी संगत करोगे माड़े बन जाओगे। तो सब तो अच्छी साध संगत है जिहदे विच इको ही प्रचार है कि भाई ठगियां फरेबकारियां चोरियां ते माड़े कर्म जिहड़े है उन्हां नूं तुसीं छड्ड दिओ और ईश्वर का नाम जपो ईश्वर की भगती करो इहदे तों कोई बड़ा साधन साडे वास्ते नहीं है। और जिहड़े साधन असीं करदे हां उन्हां दे नाल साडी मुक्ति नहीं हो सकदी जन्म जरूर मिल जाणगे। और जिन्ने भी असीं कर्म करदे हां उन्हां दे जन्म सानूं मिल सकदे है लेकिन मुक्ति नहीं मिल सकदी। जन्म दरख्तां दे मिल जाणगे पशुआं दे मिल जाणगे परिंदियां दे मिल जाणगे जैसा जैसा कर्म कीता होएगा ऐसा दरख्त हो जाएगा। कई दरख्त छोटे जड़े है बड़े मिठे फल उन्हां दे कई दरख्त बड़े लंबे हो जाते हैं उन्हां दा किसी नूं कोई फायदा नहीं। बाणी जी भी फरमाया फल मिठिया दरख्तां नूं लगदे सिंबला तू माण ना करें फल छोटियां नूं लगदे है ऐ सिंबल तू माण ना करें तेरा ना किसे राई नूं फायदा है ना किसे पशु नूं फायदा है ना तेरी कोई छां है जिहदे थले कोई बैठेगा ना तेरा कोई फल है जिहड़ा कोई जानवर भी खाए जां बंदा भी खाएगा। किस चीज़ का तू माण करना उच्चे होण दा
ਸਾਰੇ ਸੰਤ ਮਹਾਂਪੁਰਖ ਜਿਹੜੇ ਹੈ ਉਹ ਕਦੇ ਵੀ ਉੱਚੇ ਹੋਣ ਦਾ ਪ੍ਰਚਾਰ ਨਹੀਂ ਕਰਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਫਰਮਾਇਆ, ਨਾਨਕ ਗਰੀਬ ਟੈ ਪਿਆ ਦੁਬਾਰੇ, ਹਰ ਮੇਲ ਲਿਓ ਵਡਿਆਈ, ਹਰ ਮੇਲ ਲਿਓ ਵਡਿਆਈ। ਐ ਮਾਲਕ ਮੈਂ ਗਰੀਬ ਹਾਂ, ਮੈਂ ਤੇਰੇ ਦੁਬਾਰੇ ਡਿੱਗਾਂ। ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਨੇ ਫਰਮਾਇਆ, ਰਾਮਾ ਹਮ ਦਾਸਨ ਦਾਸ ਕਰੀਜੇ। ਇਹ ਲਫਜ਼ ਕਿਉਂ ਨਹੀਂ ਸਾਡੇ ਅੰਦਰ ਵੜਦੇ? ਜੇ ਸਾਡੇ ਅੰਦਰ ਲਫਜ਼ ਵੜਦੇ ਨਹੀਂ ਤਾਂ ਸਾਨੂੰ ਫਾਇਦਾ ਵੀ ਕੋਈ ਨਹੀਂ ਹੋ ਸਕਦਾ। ਰਾਮਾ ਹਮ ਦਾਸਨ ਦਾਸ ਕਰੀਜੇ, ਹਜ਼ੂਰ ਜਿਨ੍ਹਾਂ ਦਾ ਦਰਬਾਰ ਹੈ ਉਹਨਾਂ ਦੇ ਵਕਤ ਇੱਥੇ ਇੱਕ ਸਾਧੂ ਕਿਸੇ ਨੇ ਪਿੰਡ ਦੇ ਬੰਦੇ ਨੇ ਉਹਨੂੰ ਝਿੜਕਿਆ, ਪਤਾ ਨਹੀਂ ਕਿਉਂ ਕੁਛ ਕਿਹਾ, ਰੋਂਦਾ ਰੋਂਦਾ ਹਜ਼ੂਰ ਦੇ ਪਾਸ ਆਇਆ। ਹਜ਼ੂਰ ਨੇ ਕਿਹਾ, ਭਾਈ ਕੋਈ ਗੱਲ ਨਹੀਂ, ਮਾੜੇ ਦੇ ਪੋਤਾਂ ਨੂੰ ਲੋਕ ਮਾਰਦੇ ਹੁੰਦੇ, ਉਹਨਾਂ ਦਾ ਪਤਾ ਨਹੀਂ ਲੱਗਾ ਕਿੱਥੇ ਗਏ ਨੇ। ਫਕੀਰਾਂ ਦਾ ਸਬਰ ਸੰਦੋਖ ਹੁੰਦਾ ਹੈ, ਉਹ ਸਭ ਕੁਝ ਹੁੰਦਿਆਂ ਹੋਈ ਮਾੜੇ ਬਣਦੇ ਹੈ, ਸਭ ਕੁਝ ਸਾਰੀਆਂ ਤਾਕਤਾਂ ਹੁੰਦੇ ਹੋਈ ਉਹ ਆਪਣੇ ਆਪ ਨੂੰ ਇੰਨਾ ਡਾਊਨ ਕਰ ਦਿੰਦੇ ਹੈ ਕਿ ਸਭ ਦੁਨੀਆ ਤੋਂ ਨੀਚੇ ਆਪਣੇ ਆਪ ਨੂੰ ਸਮਝਦੇ ਹੈ, ਆਪਣੇ ਆਪ ਦਾ ਮਾਣ ਨਹੀਂ ਕਰਦੇ। ਬਾਬੇ ਫਰੀਦ ਨੇ ਵੀ ਬਾਣੀ 'ਚ ਫਰਮਾਇਆ, ਕਾਲੇ ਮੇਰੇ ਕੱਪੜੇ ਕਾਲਾ ਮੇਰਾ ਵੇਸ਼, ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਬਾਬੇ ਫਰੀਦ ਨੇ ਫਰਮਾਇਆ ਕਿ ਮੇਰੇ 'ਚ ਤਾਂ ਕੋਈ ਗੁਨਾਹ ਗੁਣ ਨਹੀਂ ਹੈ, ਮੇਰੇ ਵਿੱਚ ਬੜੇ ਗੁਨਾਹ ਨੇ, ਲੋਕ ਮੈਨੂੰ ਦਰਵੇਸ਼ ਕਹੀ ਜਾਂਦੇ। ਆਪਣੇ ਆਪ ਨੂੰ ਕਿਹਾ, ਲੇਕਿਨ ਜਿੰਨੀ ਤਪੱਸਿਆ ਉਹਨਾਂ ਨੇ ਕੀਤੀ, ਬਾਬੇ ਫਰੀਦ ਨੇ ਬਹੁਤ ਕਰੜੀ ਤਪੱਸਿਆ ਕੀਤੀ, ਕਿੱਥੇ ਜੰਗਲਾਂ ਦੇ ਪੱਤੇ ਖੋਰੇ ਖਾਣੇ, ਪੱਤੇ ਤੋੜ ਤੋੜ ਕੇ ਦਰਖਤਾਂ ਦੇ ਖਾ ਕੇ ਗੁਜ਼ਾਰਾ ਕੀਤਾ, ਪਰ ਮਾਤਾ ਨੇ ਫੇਰ ਵੀ ਨਹੀਂ ਮੰਨਿਆ। ਜਦੋਂ 12 ਸਾਲ ਦੇ ਬਾਅਦ ਜੰਗਲ ਦੇ ਵਿੱਚੋਂ ਆਇਆ ਆਪਣੇ ਘਰ ਕਿ ਮੇਰੀ ਤਪੱਸਿਆ ਹੋਈ ਹੈ, ਮਾਤਾ ਨੇ ਉਹਦਾ ਸਿਰ ਖੋਲਣਾ ਸ਼ੁਰੂ ਕੀਤਾ, ਉਹਦੇ ਬਾਲ ਜੁੜੇ ਹੋਏ ਸਨ। ਇੱਕ ਬਾਲ ਨੂੰ ਜਦੋਂ ਪੁੱਟਿਆ ਤਾਂ ਫਰੀਦ ਨੇ ਸੀ ਵੱਟੀ, ਦਰਦ ਹੋਈ, ਮਾਤਾ ਨੇ ਕੱਢ ਕੇ ਚਪੇੜ ਮਾਰੀ। ਜਿਨ੍ਹਾਂ ਦਰਖਤਾਂ ਦੇ ਪੱਤੇ ਤੋੜ ਕੇ ਖਾਂਦਾ ਸੀ ਕੀ ਉਹਨਾਂ ਨੂੰ ਦਰਦ ਨਹੀਂ ਸੀ ਹੁੰਦੀ? ਜਿਨ੍ਹਾਂ ਦਰਖਤਾਂ ਦੇ ਫਲ ਤੋੜਦਾ ਸੀ ਉਹਨਾਂ ਨੂੰ ਦਰਦ ਨਹੀਂ ਸੀ ਹੁੰਦੀ? ਜਾਂ ਤੇਰੀ ਭਗਤੀ ਕੋਈ ਮਨਜ਼ੂਰ ਨੇ, ਤੇਰੀ ਤਪੱਸਿਆ ਮਨਜ਼ੂਰ ਨੇ? ਕਾਠ ਦੀ ਰੋਟੀ ਬਣਾਈ, ਕਾਠ ਦੀ ਰੋਟੀ ਬਣਾ ਕੇ ਉਹਦੇ ਗਲ ਨਾਲ ਬੰਨ ਦਿੱਤੀ, ਉਹਦੇ ਗਲ ਨਾਲ ਬੰਨ ਦਿੱਤੀ। ਉੱਥੇ ਲਿਖਿਆ ਹੈ, ਜਾਲ ਜਰਾ ਨਾ ਮਾਈ ਨੇ ਤਰਸ ਕੀਤਾ, ਜਾਲ ਜਰਾ ਨਾ ਮਾਈ ਨੇ ਤਰਸ ਕੀਤਾ, ਕਿਹਾ ਜਾ ਫਕੀਰੀ ਨੂੰ ਟੋਲ ਬੇਟਾ, ਭੁੱਖ ਨੰਗ ਦੇ ਵੱਲ ਨਹੀਂ ਧਿਆਨ ਕਰਨਾ, ਸਦਾ ਰੱਖਣੀ ਯਾਰ ਦੀ ਚਾਹ ਬੇਟਾ। 12 ਸਾਲ ਨਹੀਂ ਅੰਨ ਨੂੰ ਖਾਵਣਾ ਹੀ, ਰੋਟੀ ਕਾਠ ਦੀ ਨਾਲ ਨਿਭਾ ਬੇਟਾ। ਸੱਜਣ ਆਣ ਭੁਲਾਮ ਦੇ ਪੀਰ ਬਖਸ਼ਾ, ਸਦਾ ਤੱਕਣਾ ਹੀ ਉਸ ਦਾ ਰਾਹ ਬੇਟਾ। ਇਹ ਮਾਤਾ ਨੇ ਕਾਠ ਦੀ ਰੋਟੀ ਗਲ 'ਚ ਪਾ ਦਿੱਤੀ ਔਰ ਇਹ ਸਿੱਖਿਆ ਦਿੱਤੀ ਕਿ ਜਾ ਚਲੇ ਜਾ, ਜਾ ਕਿਤੇ ਫਕੀਰੀ ਨੂੰ ਟੋਲ ਜਾ ਕੇ ਇਸ ਰੋਟੀ ਦੇ ਨਾਲ ਗੁਜ਼ਰ ਕਰਨੀ, ਜੇ 12 ਸਾਲ ਨਹੀਂ ਅੰਨ ਖਾਣਾ, ਇਸ ਰੋਟੀ ਦੇ ਨਾਲ ਗੁਜ਼ਾਰਾ ਕਰਨਾ ਹੀ। ਦੁਨੀਆ ਦੇ ਸੱਜਣ ਜਿਹੜੇ ਹੈ ਇਹ ਭੁਲਾਉਂਦੇ ਨਹੀਂ, ਲੇਕਿਨ ਸਦਾ ਹੀ ਵਾਸਤੇ ਉਸ
ਯਾਰ ਦਾ ਰਾਹ ਤੱਕਦਿਆਂ ਰਹਿਣਾ ਕਿ ਕਿੱਧਰੋਂ ਆਉਂਦਾ ਹੈ। ਜਿਸ ਤਰ੍ਹਾਂ ਸਾਈਂ ਬੁੱਲੇ ਸ਼ਾਹ ਸ਼ਾਹ ਨੈਦ ਦੇ ਪਾਸ ਰਹਿੰਦਾ ਸੀ, ਜਦੋਂ ਉਸ ਨੂੰ ਉਹਦੇ ਵਿੱਚ ਮਾਣ ਆਇਆ ਸਭ ਕੁਝ ਗੁਆਚ ਗਿਆ। ਮਾਣ ਕਾਹਦਾ ਆਇਆ? ਜਦੋਂ ਸ਼ਾਹ ਨੈਤ ਨੂੰ ਸਾਈਂ ਬੁੱਲੇ ਸ਼ਾਹ ਨੇ ਕਿਹਾ ਕਿ ਸਾਡੇ ਘਰ ਸ਼ਾਦੀ ਹੈ ਅਤੇ ਜਾਂ ਹਜ਼ਰਤ ਤੁਸੀਂ ਸਾਡੇ ਆਉਣਾ, ਉਹਨਾਂ ਨੇ ਉਸ ਟਾਈਮ 'ਤੇ ਇੱਕ ਲੜਕਾ ਸੀ ਉਹਨਾਂ ਦੇ ਪਾਸ, ਉਸ ਨੂੰ ਭੇਜ ਦਿੱਤਾ। ਪਰ ਸਾਈਂ ਬੁੱਲੇ ਸ਼ਾਹ ਨੇ ਮਾਣ ਕੀਤਾ ਆਪਣੀ ਯਾਦ ਦਾ। ਇਸੇ ਵਾਸਤੇ ਬਾਣੀ ਦੇ ਵਿੱਚ ਲਿਖਿਆ, ਜਾਤੀ ਰਾਮ ਨਾ ਰੀਝੀਏ, ਭਗਤ ਕਰੇ ਤੋ ਸੀਝੀਏ। ਉਹ ਰਾਮ ਜਾਤਾਂ ਦੇ ਵਿੱਚ ਨਹੀਂ ਹੈ, ਉਹ ਬੜਿਆਂ ਛੋਟਿਆਂ 'ਚ ਨਹੀਂ ਹੈ, ਉਹ ਭਗਤੀ ਵਿੱਚ ਹੈ। ਮਾਣ ਕੀਤਾ, ਉਹਨੂੰ ਕੋਈ ਪੁੱਛਿਆ ਨਹੀਂ ਪਾਣੀ ਧਾਣੀ। ਦੋ ਚਾਰ ਦਿਨ ਗੁਜ਼ਾਰ ਕੇ ਉਹ ਲੜਕਾ ਜਦੋਂ ਡੇਰੇ ਆਇਆ, ਸ਼ਾਹ ਨੈਦ ਨੇ ਪੁੱਛਿਆ ਕਿ ਸਾਈਂ ਬੁੱਲੇ ਸ਼ਾਹ ਨੇ ਤੇਰੇ ਕੋਈ ਆਦਰ ਮਾਣ ਕੀਤਾ ਹੈ? ਕਹਿੰਦਾ ਜੀ ਨਹੀਂ, ਮੈਨੂੰ ਤਾਂ ਕਿਸੇ ਪੁੱਛਿਆ ਹੀ ਨਹੀਂ ਕਿੱਥੋਂ ਆਇਆ ਤੂੰ। ਉਸ ਵਕਤ ਮੁਰਸ਼ਦ ਨੇ ਸੋਚਿਆ ਉਹ ਇਸ ਨੇ ਆਪਣੀ ਜਾਤ ਦਾ ਮਾਣ ਕੀਤਾ ਹੈ, ਜਾਂ ਤੂੰ ਬੋਲਿਆ ਬੋਲੇ ਤਾਂ ਬੁੱਲਾ ਹੀ ਰਹਿ ਗਿਆ, ਕਿਉਂਕਿ ਮੁਰਸ਼ਦ ਦੀ ਨਿੰਦਿਆ ਹੋ ਗਈ। ਜਦੋਂ ਮੁਰਸ਼ਦ ਦੀ ਨਿੰਦਿਆ ਹੁੰਦੀ ਹੈ ਸਿੱਖ ਦੇ ਪੱਲੇ ਕੁਛ ਵੀ ਨਹੀਂ ਰਹਿੰਦਾ। ਜਦੋਂ ਘੜਾ ਮੂੰਦਾ ਹੋ ਜਾਂਦਾ ਪਾਣੀ ਨਿਕਲ ਜਾਂਦਾ, ਖੋਖਾ ਰਹਿ ਜਾਂਦਾ ਘੜਾ। ਉਸੇ ਵਕਤ ਜਿਹੜਾ ਸਾਈਂ ਬੁੱਲੇ ਸ਼ਾਹ ਦੇ ਅੰਦਰ ਸ਼ਬਦ ਆ ਰਿਹਾ ਸੀ, ਜਿਹਨੂੰ ਆਮ ਮੁਸਲਮਾਨ ਬਾਂਗੇ ਸ਼ਵਾਨੀ ਕਹਿੰਦੇ ਹੈ, ਉਹ ਸ਼ਬਦ ਬੰਦ ਹੋ ਗਿਆ। ਚਿੱਟੀ ਚਾਦਰ ਨੂੰ ਪਤਾ ਲੱਗਦਾ ਹੈ ਦਾਗ ਦਾ, ਭੂਰੇ ਨੂੰ ਕੀ ਪਤਾ ਹੈ? ਜਿਹਦੇ ਉੱਤੇ ਭਾਵੇਂ ਮਿੱਟੀ ਘੱਟਾ ਭੂਰੇ 'ਤੇ ਜਿੰਨਾ ਮਰਜ਼ੀ ਪੈ ਜਾ, ਉਹਨੂੰ ਕੀ ਪਤਾ ਹੈਗਾ? ਸਾਈਂ ਬੁੱਲੇ ਸ਼ਾਹ ਨੂੰ ਪਤਾ ਲੱਗ ਗਿਆ ਕਿ ਮੈਂ ਮੁਰਸ਼ਦ ਦੀ ਤਹਿਣ ਕੀਤੀ ਹੈ, ਚਲੋ ਮੁਰਸ਼ਦ ਪਾਸੋਂ ਮਾਫ਼ੀ ਮੰਗ ਲੈਂਦੇ ਹਾਂ। ਪਰ ਮਾਫ਼ੀ ਐਡੀ ਛੇਤੀ ਨਹੀਂ, ਸ਼ਾਹ ਨੈਦ ਨੇ ਕਰੈਫੂ ਲਗਾ ਦਿੱਤਾ ਸੀ ਕਿ 12 ਸਾਲ ਸਾਈਂ ਬੁੱਲੇ ਸ਼ਾਹ ਦਰਬਾਰ 'ਚ ਨਹੀਂ ਆ ਸਕਦਾ। ਜਦੋਂ ਗਿਆ ਸੇਵਾਦਾਰ ਨੇ ਹੁਕਮ ਸੁਣਾ ਦਿੱਤਾ ਕਿ ਤੇਰੇ ਵਾਸਤੇ ਕਰੈਫੂ ਲੱਗਾ ਭਾਈ, 12 ਸਾਲ ਤੂੰ ਦਰਬਾਰ ਵਿੱਚ ਨਹੀਂ ਆ ਸਕਦਾ, ਤੂੰ ਮੁਰਸ਼ਦ ਦੇ ਦਰਸ਼ਨ ਨਹੀਂ ਕਰ ਸਕਦਾ। ਸਾਈਂ ਬੁੱਲੇ ਸ਼ਾਹ ਨੇ ਸੋਚਿਆ ਇਹ ਜਿਹੜਾ ਸੌਦਾ ਮੈਨੂੰ ਇੱਥੋਂ ਹੀ ਮਿਲਣਾ ਹੈ, ਇਸੇ ਦੁਕਾਨ ਤੋਂ ਹੀ ਸੌਦਾ ਮਿਲਣਾ ਹੈ, ਹੋਰ ਕਿਤੋਂ ਨਹੀਂ ਮਿਲਣਾ, ਕਿੱਥੇ ਜਾਵਾਂਗਾ ਮੈਂ, ਹੋਰ ਇੱਥੋਂ ਹੀ ਮਿਲਣਾ ਹੈ। ਉਹਨਾਂ ਸਮਿਆਂ ਦੇ ਵਿੱਚ ਕੰਜਰ ਜਾਂ ਪੰਡ ਜਿਹਨਾਂ ਨੂੰ ਕਿਹਾ ਜਾਂਦਾ, ਤਮਾਸ਼ੇ ਕਰਦੇ ਹੁੰਦੇ ਸੀ। ਫਕੀਰ ਇੱਕ ਰਚਨਾ ਰਚਾਈ ਹੁੰਦੀ ਸੀ, ਤਮਾਸ਼ੇ ਕਰਾਉਂਦੇ, ਉਹਨਾਂ ਦੇ ਖੁਸ਼ ਹੋ ਕੇ ਨਾਮ ਕਨਾਮ ਦੇਣਾ। ਸਾਈਂ ਬੁੱਲੇ ਸ਼ਾਹ ਕੰਜਰਾਂ ਦੇ ਘਰ ਰਿਹਾ, ਕੰਜਰਾਂ ਦੇ ਘਰ ਰਿਹਾ ਤਾਂ ਸਹੀ, ਲੇਕਿਨ 24 ਘੰਟੇ ਜਿਸ ਤਰ੍ਹਾਂ ਬਾਬੇ ਫਰੀਦ ਨੂੰ ਕਿਹਾ ਕਿ ਸਦਾ ਦੇਖਣਾ ਉਸ ਦਾ ਰਾਹ ਬੇਟਾ, ਸਦਾ ਉਸਦੇ ਰਾਹ ਨੂੰ ਤੱਕਦੇ ਰਹਿਣਾ, ਅਤੇ ਸਦਾ ਹੀ ਵਾਸਤੇ 24 ਘੰਟੇ ਸਾਈਂ ਬੁੱਲੇ ਸ਼ਾਹ ਸ਼ਾਹ ਨੈਦ ਦੇ ਚਰਨਾਂ ਵੱਲ ਹੀ ਧਿਆਨ ਰੱਖਦਾ ਸੀ ਕਿ ਕਿਸ ਵਕਤ ਇਹਨਾਂ ਦਾ ਟਾਈਮ ਆਵੇ ਔਰ ਮੈਂ ਜਾ ਕੇ ਮੁਰਸ਼ਦ ਦੇ ਦਰਸ਼ਨ ਕਰਾਂ। ਕਿਹੜਾ ਵਕਤ ਹੋਏਗਾ, ਕਿਹੜਾ ਦਿਨ ਹੋਏਗਾ, ਕਿਹੜੀ ਰਾਤ ਹੋਏਗੀ? ਸੰਤ ਬਚਨ ਪਲਟੇ ਨਹੀਂ ਪਲਟ ਜਾਏ ਬ੍ਰਹਿਮੰਡ। 12 ਸਾਲ ਤੋਂ ਗੁਜ਼ਰਨੇ ਹੀ ਸੀ, ਜਦੋਂ 12 ਸਾਲ ਗੁਜ਼ਰੇ ਉਹਨਾਂ ਨੇ ਸਲਾਹ ਘਰ ਵਿੱਚ ਕੀਤੀ ਕੰਜਰਾਂ ਨੇ ਕਿ ਸ਼ਾਹ ਨੈਦ 'ਤੇ ਤਮਾਸ਼ਾ ਕਰਨ ਜਾਣਾ ਹੈ। ਸੁਣਿਆ ਜਿਸਲੇ ਬਹੁਤ ਖੁਸ਼ ਹੋਇਆ, ਉਹਨਾਂ ਦੇ ਨਾਲ ਚਲਾ ਗਿਆ। ਸ਼ਾਹ ਨੈਦ ਤਖ਼ਤ 'ਤੇ ਬੈਠਾ ਹੋਇਆ ਸੀ, ਜਦੋਂ ਉਹਨਾਂ ਸਾਜ ਬਾਜ ਵਜਾਏ
ਸ਼ਾਹ ਨਹਿਰ ਦੇ ਦਰਸ਼ਨ ਕੀਤੇ। 12 ਸਾਲ ਦੀ ਮੈਦ ਜਿਸ ਤਰ੍ਹਾਂ ਪਿਆਸੇ ਨੂੰ ਪਾਣੀ ਮਿਲਦਾ ਹੈ ਉਹਦੀ ਪਿਆਸ ਬੁੱਝ ਜਾਂਦੀ ਹੈ, ਮੁਰਸ਼ਦ ਦੇ ਦਰਸ਼ਨ ਦੀ ਪਿਆਸ ਸੀ 12 ਸਾਲ ਦੀ, ਇਹ ਪਿਆਸ ਵੀ ਪ੍ਰੇਮੀ ਨੂੰ ਲੱਗਦੀ ਹੈ, ਆਮ ਨਹੀਂ ਲੱਗਦੀ। ਸੁਣ ਗੁਰ ਬਚਨ ਮਨ ਤੀਰ ਲਗਈਆ, ਜਦੋਂ ਸਤਿਗੁਰ ਦੇ ਬਚਨ ਸੁਣਦਾ ਆਸ਼ਿਕ ਉਹਦੇ ਅੰਦਰ ਜਿਸ ਤਰ੍ਹਾਂ ਕਿਸੇ ਜਾਨਵਰ ਨੂੰ ਤੀਰ ਲੱਗਦਾ ਹੈ ਇਸ ਤਰ੍ਹਾਂ ਤੀਰ ਲੱਗਦੇ ਹੈ। 12 ਸਾਲ ਦੀ ਮੇਦ ਸੀ, ਜਦੋਂ ਦਰਸ਼ਨ ਕੀਤਾ ਹੋਸ਼ ਭੁੱਲ ਗਈ, ਇਤਨੀ ਖੁਸ਼ੀ ਅਤੇ ਇਤਨਾ ਆਨੰਦ, ਮਸਤੀ ਆ ਗਈ, ਉੱਠ ਕੇ ਨੱਚਣ ਲੱਗ ਪਿਆ। ਬਏ ਤੇ ਬੀਬਾ ਮੇਰੀ ਸਾਰ ਨਾ ਲਈਆਂ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਸ਼ਾਹ ਨੈਤ ਨੇ ਸੋਚਿਆ ਇਹ ਕੌਣ ਹੈ, ਇਹ ਆਵਾਜ਼ ਜਿਹੜੀ ਹੈ ਇਹ ਕਿਸੇ ਆਸ਼ਿਕ ਦੀ ਆਵਾਜ਼ ਹੈ, ਇਹਨਾਂ ਕੰਜਰਾਂ ਦੀ ਆਵਾਜ਼ ਨਹੀਂ, ਇਹ ਬੜੀ ਦਰਦ ਭਰੀ ਆਵਾਜ਼ ਹੈ, ਇਹਦੇ ਵਿੱਚ ਬਹੁਤ ਖਜਾਵਟ ਹੈ। ਅਤੇ ਚੇਤਾ ਆ ਗਿਆ ਕਿਤੇ ਸਾਈਂ ਬੁੱਲੇ ਸ਼ਾਹ ਤਾਂ ਨਹੀਂ, ਸਾਡੇ ਨਾਲੋਂ ਵਿਛੜਿਆ ਬੜਾ ਚਿਰ ਹੋਇਆ। ਆਵਾਜ਼ ਮਾਰੀ ਕਿ ਤੂੰ ਬੁੱਲਾ ਤਾਂ ਨਹੀਂ, ਕਹਿੰਦਾ ਜੀ ਨਹੀਂ ਮੈਂ ਭੁੱਲਾ, ਜੇ ਬੁੱਲਾ ਹੁੰਦਾ ਤਾਂ ਆਪਦੇ ਪਾਸ ਬੈਠਾ ਹੁੰਦਾ, ਮੈਂ ਭੁੱਲਾ, ਜੇ ਭੁੱਲਾ ਹੈ ਤਾਂ ਆ ਜਾ। ਕੋਲ ਬਿਠਾ ਲਿਆ, ਉਹੀ ਤਾਕਤ ਦੇ ਜਾ ਰਿਹਾ, ਉਸੇ ਰੰਗ ਵਿੱਚ ਸਾਈਂ ਬੁੱਲੇ ਸ਼ਾਹ ਰੰਗਿਆ ਗਿਆ। ਜੋ ਗੁਰੂ ਸਾਹਿਬ ਦੀ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਿਹਾ ਕਿ 24 ਘੰਟੇ ਉਸ ਬੁੱਲੇ ਸ਼ਾਹ ਦਾ ਧਿਆਨ ਸ਼ਾਹ ਨਾਇਕ ਦੇ ਚਰਨਾਂ ਵੱਲ ਰਹਿੰਦਾ ਸੀ, ਇੱਕ ਮਿੰਟ ਵੀ ਨਹੀਂ ਸੀ ਵਸਾਰਦਾ। ਗੁਰੂ ਸਾਹਿਬ ਦੀ ਬਾਣੀ 'ਚ ਜੋ ਇਸ਼ਾਰਾ ਦੇ ਰਿਹਾ ਇਹ ਫਕੀਰਾਂ 'ਤੇ ਹੀ ਬਾਣੀ ਘਟਦੀ ਹੈ, ਅਸੀਂ ਜੀਵ 'ਤੇ ਕੁਝ ਵੀ ਨਹੀਂ ਹੈ। ਸਾਡੀ ਤਾਂ ਹਾਲਤ ਉਹ ਹੈ ਕਿ ਜਿਸ ਤਰ੍ਹਾਂ ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ, ਸਤਿਗੁਰ ਸਤਸੰਗ ਕਿਆ ਕਰੇ ਜੋ ਸਿੱਖਣ ਮਾਏ ਚੂਕ, ਅੰਧੇ ਏਕ ਨਾ ਲੱਗੀ ਜੋ ਬਾਂਸ ਬਜਾਈ ਫੂਕ। ਸਾਡੀ ਉਹ ਹਾਲਤ ਹੈ, ਅਸੀਂ ਇੱਕ ਕੰਨ ਸੁਣਦੇ ਹਾਂ, ਦੂਜੇ ਕੰਨ ਅਸੀਂ ਲੰਘਾ ਦਿੰਦੇ ਹਾਂ। ਜੇ ਸਾਨੂੰ ਬਾਣੀ ਯਾਦ ਰਵੇ, ਸੰਤਾਂ ਮਹਾਂਪੁਰਖਾਂ ਦੇ ਬਚਨ ਯਾਦ ਰੱਖੀਏ, ਫਿਰ ਅਸੀਂ ਗਲਤ ਕਦਮ ਨਹੀਂ ਪੁੱਟ ਸਕਦੇ, ਗਲਤ ਕਦਮ ਨਹੀਂ ਅਸੀਂ ਪੁੱਟ ਸਕਦੇ, ਗਲਤ ਸਾਡੀ ਜ਼ਬਾਨ ਵਿੱਚੋਂ ਲਫ਼ਜ਼ ਨਹੀਂ ਨਿਕਲ ਸਕਦਾ, ਅਸੀਂ ਕੁਝ ਵੀ ਨਹੀਂ ਕਰ ਸਕਦੇ। ਅਸੀਂ ਜਿਸ ਤਰ੍ਹਾਂ ਇੱਕ ਮਰਿਆ ਜੀਵ ਹੁੰਦਾ ਹੈ, ਮੁਰਦਾ ਬਣ ਜਾਂਦਾ ਫਿਰ, ਅਤੇ ਮੁਰਦੇ ਬਣੇ ਬਿਨਾਂ ਬਣਦੀ ਵੀ ਨਹੀਂ ਗੱਲ, ਮੋਇਆਂ ਬਾਜ ਨਹੀਂ ਮਕਸਦ ਮਿਲਦੇ, ਜਿਸ ਪਾਇਆ ਤਿਸ ਮਰ ਕੇ, ਮਰਨਾ ਪੈਂਦਾ ਹੀ ਹੈ, ਇਹ ਫਿਰ ਮੁਰਦਾ ਬਣ ਜਾਂਦਾ ਹੈ। ਸੁਣ ਗੁਰ ਬਚਨ ਮਨ ਤੀਰ ਲਗਈ ਆ, ਜਦੋਂ ਸਤਿਗੁਰ ਦੇ ਬਚਨ ਸੁਣਦਾ ਹੈ ਸਿੱਖ, ਉਸ ਨੂੰ ਤੀਰ ਵਰਗੇ ਲੱਗਦੇ ਆ, ਜਿਹੜਾ ਆਸ਼ਿਕ ਹੈ, ਜਿਹਦੇ ਅੰਦਰ ਪਿਆਰ ਹੈ। ਕਈ ਵਾਰ ਸੁਥਰੇ ਫਕੀਰ ਦੀ ਸਾਖੀ ਸੁਣਾਈ ਹੈ, ਸੁਥਰਾ ਫਕੀਰ ਸਤਸੰਗ ਵਿੱਚ ਬੈਠਾ ਸੀ, ਇੱਕ ਦੋ ਤੁੱਕ ਉਸਨੇ ਸੁਣੀ ਬਾਣੀ ਦੀ, ਅਤੇ ਉੱਧਰ ਪਿੱਠ ਕਰ ਦਿੱਤੀ, ਮੂੰਹ ਦੂਜੇ ਪਾਸੇ ਕਰ ਦਿੱਤਾ। ਜਦੋਂ ਸਤਸੰਗ ਸਮਾਪਤ ਹੋਇਆ, ਲੋਕਾਂ ਨੇ ਸ਼ਿਕਾਇਤਾਂ ਕੀਤੀਆਂ, ਮਹਾਰਾਜ ਇਸ ਨੇ ਪਿੱਠ ਕਰ ਦਿੱਤੀ ਤੁਹਾਡੇ ਵੱਲ ਸੁਧਰੇ ਨੇ, ਅਤੇ ਮੂੰਹ ਦੂਜੇ ਪਾਸੇ ਕਰ ਦਿੱਤਾ। ਪੁੱਛਿਆ ਸੁਧਰਿਆ ਇਹ ਕੀ ਤੂੰ ਕੀਤਾ? ਮਹਾਰਾਜ ਮੈਂ ਕੀ ਕਰਨਾ ਸੀ, ਇਹ ਲੋਕ ਬਹੁਤ ਹੀ ਤਕੜੇ ਹੈ, ਬਹੁਤ ਸਖਤ ਨੇ, ਮੇਰੇ 'ਤੇ ਇੱਕ ਦੋ ਹੀ ਛਿੱਤਰ ਵੱਜਾ ਮੂੰਹ ਦੇ ਉੱਤੇ, ਮੇਰਾ ਮੂੰਹ ਭੱਜ ਗਿਆ। ਮੈਂ ਫਿਰ ਮੌਲ ਕਰ ਦਿੱਤੇ ਵੀ ਇੱਥੇ ਮਾਰੀ ਜਾਓ ਜਿੰਨੇ ਮਾਰਨੇ ਹੈਗੇ ਹੈ, ਮੂੰਹ 'ਤੇ ਇੱਕ ਦੋ ਹੀ ਵੱਜਾ ਮੇਰਾ, ਮੇਰੇ ਕੋਲੋਂ ਸਾਹਮਣੇ ਨਹੀਂ ਮੂੰਹ ਹੋਇਆ ਜੀ, ਮੈਂ ਨਹੀਂ ਕਰ ਸਕਿਆ। ਫਿਰ ਇਹ ਕਿਹਨਾਂ ਦੀਆਂ ਗੱਲਾਂ? ਆਸ਼ਕਾਂ ਦੀਆਂ। ਤੀਰ ਕਿਹਨੂੰ ਲੱਗਦੇ? ਆਸ਼ਕਾਂ ਨੂੰ, ਜਿਨ੍ਹਾਂ ਦੇ ਅੰਦਰ ਪਿਆਰ ਹੁੰਦਾ ਹੈ, ਉਹਨਾਂ ਨੂੰ ਬਚਨਾਂ ਦੇ ਤੀਰ ਲੱਗਦੇ ਹੈ, ਉਹਨਾਂ ਦੇ ਅੰਦਰ ਖੁੱਭ ਜਾਂਦੇ ਹੈ, ਕੂੰਡੇ ਕੰਡਿਆਂ ਦੇ ਵਾਂਗਰ। ਜਿਸ ਤਰ੍ਹਾਂ ਕੂੰਡਾ ਕੰਡਾ ਕਿਸੇ ਆਸ਼ਕਾਂ ਨੇ
ਕਿਹਾ ਕਿ ਕੂੰਡੇ ਕੰਡਿਆਂ ਦੇ ਵਾਂਗਰ ਸਾਡੇ ਅੰਦਰ ਉਸ ਮਾਲਕ ਦਾ ਪਿਆਰ ਖੁੱਭ ਗਿਆ। ਹੁਣ ਨਹੀਂ ਉਹ ਕੱਢਿਆ ਨਹੀਂ ਨਿਕਲਦੇ, ਖਿੱਚਿਆ ਨਹੀਂ ਖਿੱਚੇ ਜਾਂਦੇ। ਇਹ ਦਰਦ ਸਾਨੂੰ ਜਿਹੜੀ ਹੈ ਇਹ ਹਮੇਸ਼ਾ ਹੀ ਸਤਾਉਂਦੀ ਰਹੇਗੀ। ਹਜ਼ਰਤ ਬਹੁ ਸਾਹਿਬ ਨੇ ਵੀ ਬਾਣੀ 'ਚ ਫਰਮਾਇਆ, ਇਹ ਦੁੱਖ ਹਮੇਸ਼ਾ ਰਹਿਸੀ, ਰੋਂਦੜੀ ਹੀ ਮਰ ਜਾਵਾਂਗੇ। ਆਸ਼ਕਾਂ ਨੂੰ ਇਹ ਦੁੱਖ ਜਿਹੜਾ ਪਿਆਰ ਦਾ, ਇਹ ਹਮੇਸ਼ਾ ਵਾਸਤੇ ਹੀ ਰਹਿੰਦਾ ਹੈ। ਉਹ ਪਿਆਰ ਦੇ ਦੁੱਖ ਵਿੱਚ ਹਮੇਸ਼ਾ ਵਾਸਤੇ ਹੀ ਕੁਰਲਾਉਂਦੇ ਰਹਿੰਦੇ ਹੈ ਔਰ ਆਵਾਜ਼ਾਂ ਮਾਰਦੇ ਰਹਿੰਦੇ ਉਸ ਮਾਲਕ ਨੂੰ। ਹਾਂਜੀ, ਜਿਨੀ ਰਾਵਿਆ ਪ੍ਰਭ ਸੇ ਦਸਨ ਨਤ ਖੜੀਆਂ ਰਤਨ ਜਵਰ ਲਾਲ ਹਰ ਕੰਠ ਤਨਾ ਜਰੀਆਂ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ, ਜਿਹਨਾਂ ਆਪਣੇ ਪ੍ਰਭੂ ਨੂੰ ਸਿਮਰਿਆ ਉਹ ਰੂਹਾਂ ਦੀ ਬੋਲੀ ਵੱਖਰੀ, ਉਹਨਾਂ ਦੇ ਚਾਲ ਚੱਲਣ ਵੱਖਰੇ, ਉਹਨਾਂ ਦੇ ਕੰਮ ਵੱਖਰੇ, ਕਿਉਂਕਿ ਉਹ ਦੁਨੀਆ ਤੋਂ ਅਲੱਗ ਉਹਨਾਂ ਦੇ ਖਿਆਲਾਤ ਹੋ ਜਾਂਦੇ ਹੈ। ਜੇ ਸਾਡੇ ਖਿਆਲਾਤ ਦੁਨੀਆ ਤੋਂ ਵੀ ਮਾੜੇ ਹੋ ਗਏ ਤਾਂ ਫਿਰ ਆਸ਼ਿਕ ਕਾਹਦੇ ਹਾਂ ਅਸੀਂ? ਫਿਰ ਅਸੀਂ ਉਸ ਮਹਿਬੂਬ ਉਸ ਮਾਲਕ ਦਾ ਅਸੀਂ ਕੀ, ਉਹਦੀ ਕੀ ਸੰਗਤ ਕੀਤੀ, ਉਹਦਾ ਕੀ ਬਚਨ ਸੁਣੇ? ਉਹ ਰੂਹਾਂ ਜਿਹੜੀਆਂ ਨੇ ਉਹ ਅਲੱਗ ਹੋ ਜਾਂਦੀਆਂ ਨੇ, ਉਹ ਅਲੱਗ ਹੀ ਲੱਭਦੀਆਂ ਨੇ। ਉਹ ਕਿੱਥੋਂ ਪਛਾਣੀਆਂ ਜਾਂਦੀਆਂ ਨੇ? ਬੋਲ ਚਾਲ ਤੋਂ ਪਛਾਣੀਆਂ ਜਾਂਦੀਆਂ ਨੇ। ਬੋਲੀ ਕਾਜ ਵਿਗਾੜਿਆ ਮੂਲੀ ਨਹੀਂ ਪੱਤਾ, ਦੋਵੇਂ ਭਾਈ ਮਰ ਗਏ ਜੈਂਬਲ ਅਤੇ ਫੱਤਾ। ਇੱਕ ਫਕੀਰ ਨੇ ਇੱਕ ਰਾਜੇ ਨੇ ਆਪਣੇ ਰਸੋਈਏ ਨੂੰ ਕਿਹਾ ਕਿ ਅੱਜ ਕੌੜੇ ਤੋਂ ਕੌੜਾ ਖਾਣਾ ਬਣਾ। ਉਸਨੇ ਜੀਵ ਦਾ ਨਕਸ਼ਾ ਬਣਾ ਕੇ ਅੱਗੇ ਰੱਖ ਦਿੱਤਾ। ਕਹਿਣ ਲੱਗੇ ਇਹ ਕਾਹਦਾ ਕੌੜਾ ਹੈ, ਇਹ ਤਾਂ ਜੀਵ ਦਾ ਨਕਸ਼ਾ ਹੈ। ਮਹਾਰਾਜ ਇਹ ਬਹੁਤ ਕੌੜਾ ਹੈ, ਇਹ ਜਿਸ ਘਰ ਵਿੱਚ ਇਹਦਾ ਦੌਰ ਚੱਲਦਾ ਹੈ ਘਰ ਦੀ ਫਲਟੀ ਫਲਟੀ ਕਰ ਦਿੰਦਾ, ਜਿਸ ਪਿੰਡ 'ਚ ਚੱਲੇਗਾ ਪਿੰਡ ਦੀ ਬਰਬਾਦੀ ਕਰ ਦੇਗਾ, ਜਿਸ ਰਾਜ ਵਿੱਚ ਚੱਲੇਗਾ ਰਾਜ ਦੀ ਬਰਬਾਦੀ ਕਰ ਦਿੰਦਾ ਹੈ। ਕੈਰੋ ਪਾਂਡਵਾਂ ਦਾ ਇਹਦੇ ਨਾਲ ਹੀ ਜੰਗ ਹੋਇਆ, ਇੱਕ ਜੀਵ 'ਚੋਂ ਹੀ ਮਾੜਾ ਲਫ਼ਜ਼ ਨਿਕਲਿਆ, ਪਾਤਸ਼ਾਹ ਨੂੰ ਮੰਨਣਾ ਪਿਆ ਕਿ ਵਾਕਈ ਇਹ ਗੱਲ ਠੀਕ ਹੈ। ਦੂਜੇ ਦਿਨ ਕਿ ਅੱਜ ਮਿੱਠੇ ਤੂੰ ਮਿੱਠਾ ਖਾਣਾ ਬਣਾ, ਉਸਨੇ ਫਿਰ ਜੀਵ ਦਾ ਖਾਣਾ ਨਕਸ਼ਾ ਬਣਾ ਕੇ ਤਲ ਕੇ ਅੱਗੇ ਰੱਖ ਦਿੱਤਾ। ਕਹਿਣ ਲੱਗਾ ਪਾਤਸ਼ਾਹ ਇਹ ਕੱਲ੍ਹ ਵਾਲਾ ਖਾਣਾ ਹੈ? ਕਹਿੰਦੇ ਜੀ ਨਹੀਂ, ਇਹ ਕੱਲ੍ਹ ਵਾਲਾ ਨਹੀਂ, ਇਹ ਹੋਰ ਹੈ। ਇਹ ਹੋਰ ਕਿਹੜਾ ਹੈ? ਮਹਾਰਾਜ ਇਸ ਜਵਾਨ ਦੇ ਨਾਲ ਰਿਸ਼ੀ ਮੁਨੀ ਆਏ, ਔਲੀਏ ਪੈਗੰਬਰ ਆਏ, ਸੰਤ ਮਹਾਤਮਾ ਆਏ, ਉਹਨਾਂ ਪ੍ਰਭੂ ਦਾ ਸਿਮਰਨ ਕੀਤਾ ਹੈ, ਬੰਦਗੀ ਕੀਤੀ ਹੈ ਇਸੇ ਜਵਾਨ ਦੇ ਨਾਲ, ਔਰ ਲੱਖਾਂ ਕਰੋੜਾਂ ਜੀਵਾਂ ਦਾ ਭਲਾ ਕਰ ਗਏ। ਪਾਤਸ਼ਾਹ ਨੂੰ ਮੰਨਣਾ ਪਿਆ ਕਿ ਵਾਕਿਆ ਗੱਲ ਠੀਕ ਹੈ, ਜਵਾਨ ਇੱਕੋ ਹੀ ਹੈ, ਇਹ ਦੋ ਕੰਮ ਕਰਦੀ ਹੈ, ਈਸ਼ਵਰ ਨਾਲ ਵੀ ਮਿਲਾ ਦਿੰਦੀ ਹੈ ਔਰ ਸਾਨੂੰ ਨਰਕਾਂ 'ਚ ਵੀ ਲੈ ਜਾਏਗੀ, 84 'ਚ ਵੀ ਲੈ ਜਾਂਦੀ ਹੈ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ ਹੈ, ਇਸੇ ਵਾਸਤੇ ਸੰਤ ਸਾਨੂੰ ਬਾਣੀ ਰਾਹੀਂ ਸਮਝਾਉਂਦੇ ਹੈ ਕਿ ਤੂੰ ਲਫ਼ਜ਼ ਬਾਣੀ ਦੇ ਆਪਣੇ ਅੰਦਰ ਬਾੜ। ਸਵਾਮੀ ਜੀ ਮਹਾਰਾਜ ਫਰਮਾਉਂਦੇ ਹੈ, ਸਭ ਕੋ ਸੁੱਖ ਪਜਾ ਤੇਰੇ ਭਲੇ ਕੋ ਕਹੂੰ। ਹੁਣ ਅਸੀਂ ਸੋਚਣਾ ਕਿ ਅਸੀਂ ਸੁੱਖ ਕਿਸ ਚੀਜ਼ ਦੇ ਨਾਲ ਦੇ ਸਕਦੇ ਹਾਂ ਸਾਰਿਆਂ ਨੂੰ? ਕੋਈ ਕੱਪੜੇ ਦੇ ਕੇ, ਖਾਣਾ ਖਵਾ ਕੇ, ਪੈਸੇ ਦੇ ਕੇ ਸੁਖੀ ਇਹ ਕਰ ਸਕਦੇ ਹਾਂ? ਇਹਦੇ ਨਾਲ ਅਸੀਂ ਸੁਖੀ ਇਹ ਨਹੀਂ ਕਰ ਸਕਦੇ। ਇਹ ਦੂਸਰੀ ਤੁੱਕ 'ਚ ਫਰਮਾਉਂਦੇ ਆ, ਸਭ ਕੋ ਮਿੱਠਾ ਬੋਲ ਤੇਰੇ ਭਲੇ ਕੋ ਕਹੋ। ਇੱਕ ਸਾਡੀ ਜ਼ਬਾਨ ਸੁੱਖ ਦੇਣ ਵਾਲੀ ਹੈ ਔਰ ਸੁੱਖ ਲੈਣ ਵਾਲੀ ਹੈ, ਸੁੱਖ ਦੇ ਵੀ ਸਕਦੀ ਹੈ, ਸੁੱਖ ਲੈ ਵੀ ਸਕਦੀ ਹੈ। ਇਸ ਤੋਂ ਵੱਧ ਕੋਈ ਹੋਰ ਚੀਜ਼ ਨਹੀਂ, ਕੁਛ ਨਹੀਂ। ਜਿੱਦਾਂ ਤੁਸੀਂ ਲੱਖਾਂ ਰੁਪਏ ਦਾਨ ਕਰ ਦਿਓ, ਅੱਛਾ ਤੋਂ ਰੋਟੀ ਤੁਸੀਂ ਖੰਡ ਖੀਰ ਕਿਸੇ ਨੂੰ ਖਵਾਓ ਔਰ ਕੋਈ ਭੈੜਾ ਲਫ਼ਜ਼ ਕਹਿ ਦਿਓ, ਉਹ ਸਵਾਹ ਬਣ ਜਾਂਦਾ ਹੈਗਾ।
ਜੋ ਸੈਂਤ ਸਾਨੂੰ ਬਾਣੀ 'ਚ ਫਰਮਾਉਂਦੇ ਹੈ ਇਹ ਸਾਡੇ ਅੰਦਰ ਉਸ ਬਾਣੀ ਦਾ ਪ੍ਰਵੇਸ਼ ਹੋਣਾ ਚਾਹੀਦਾ, ਸਾਡੇ ਅੰਦਰ ਰਚ ਜਾਣੀ ਚਾਹੀਦੀ ਹੈ। ਸਾਨੂੰ ਇਹ ਯਾਦ ਕਰਨਾ ਚਾਹੀਦਾ ਕਿ ਸੰਤ ਸਾਨੂੰ ਕਹਿੰਦੇ ਕੀ ਨੇ, ਜਿਨ੍ਹਾਂ ਦੀ ਅਸੀਂ ਸੰਗਤ ਕਰਨੀ ਹੈ, ਜਿਨ੍ਹਾਂ ਨੇ ਮਿਸ਼ਨ ਬਣਾਇਆ ਹੈ। ਜਦ ਸਾਨੂੰ ਉਹਨਾਂ ਦੇ ਲਫਜ਼ਾਂ 'ਤੇ ਉਹਨਾਂ ਦੇ ਕਹਿਣੇ 'ਤੇ ਅਸੀਂ ਚੱਲਣਾ ਨਹੀਂ ਜਾਂ ਉਹ ਯਾਦ ਨਹੀਂ ਰੱਖਣੇ, ਤਾਂ ਫਿਰ ਅਸੀਂ ਕੀਤਾ ਕੀ ਹੈ? ਫਿਰ ਤਾਂ ਅਸੀਂ ਜੇ ਹੈ ਜੇ ਨਹੀਂ, ਜਿਉਂ ਆਏ ਤਿਉਂ ਗਏ ਬਹੁਰੇ, ਜਿਉਂ ਜਨਮੇ ਤਿਉਂ ਮਰਨ ਪਿਆ। ਜਿਉਂ ਅਸੀਂ ਦੁਨੀਆ 'ਚ ਆਏ ਇਸੇ ਤਰ੍ਹਾਂ ਚਲਾ ਗਏ, ਔਰ ਜਿਉਂ ਅਸੀਂ ਜਨਮ ਲਿਆ, ਜੇ ਪਸ਼ੂਆਂ ਦਾ ਜਨਮ ਲਿਆ ਤਦ ਵੀ ਮੌਤ ਸਾਡੇ ਸਿਰ 'ਤੇ ਖੜ੍ਹੀ ਰਹੀ, ਪਰਿੰਦਿਆਂ ਦਾ ਜਨਮ ਲਿਆ ਤਦ ਵੀ ਮੌਤ ਖੜ੍ਹੀ ਰਹੀ, ਕੁੱਤਿਆਂ ਬਿੱਲਿਆਂ ਦੇ ਲਿਆ ਮੌਤ ਖੜ੍ਹੀ ਰਹੀ, ਇਸੇ ਤਰ੍ਹਾਂ ਅਸੀਂ ਜਨਮ ਲੈਂਦੇ ਰਹੇ, ਮੌਤ ਸਾਡੇ ਸਿਰ 'ਤੇ ਰਹੀ। ਹਾਂਜੀ, ਨਾਨਕ ਵਾਚੈ ਧੂੜ ਤਨ ਪ੍ਰਭ ਸ਼ਰਨੀ ਦਰ ਪੜੀਆਂ ਮਗਰ ਪ੍ਰਭ ਆਰਾਧਨਾ ਬਹੁੜ ਨੇ ਜਨਮੜੀਆਂ। ਗੁਰੂ ਸਾਹਿਬ ਜੀ ਇਹ ਸ਼ਬਦ ਸਮਾਪਤ ਕਰਦੇ ਹੋਏ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਐਸੀਆਂ ਰੂਹਾਂ ਜਿਹੜੀਆਂ ਹੁੰਦੀਆਂ ਨੇ ਸਾਨੂੰ ਉਹਨਾਂ ਦੀ ਸ਼ਰਨ ਲੈਣੀ ਚਾਹੀਦੀ ਹੈ, ਉਹਨਾਂ ਪਾਸੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ। ਉਹੀ ਰੂਹਾਂ ਸੋਹਣੀਆਂ ਨੇ ਜਿਹੜੀਆਂ ਆਪਣੇ ਮਾਲਕ ਦਾ ਧਿਆਨ ਕਰਦੀਆਂ, ਮਾਲਕ ਦੀ ਸਿਮਰਨ ਕਰਦੀਆਂ ਨੇ, ਜਿਹੜੀਆਂ ਉਹਨਾਂ ਦੇ ਚਰਨਾਂ ਵਿੱਚ ਬੈਠੀਆਂ ਨੇ। ਗੁਰੂ ਸਾਹਿਬ ਜੀ ਫਰਮਾਉਂਦੇ ਹੈ ਕਿ ਉਹ ਰੂਹਾਂ ਸੋਹਣੀਆਂ ਨੇ, ਅੱਛੀਆਂ ਨੇ, ਪਵਿੱਤਰ ਨੇ, ਉਹ ਆਪਣੇ ਮਾਲਕ ਦੇ ਘਰ ਇੱਕ ਦਿਨ ਜ਼ਰੂਰ ਆਪਣੇ ਮਾਲਕ ਦੇ ਨਾਲ ਮਿਲ ਜਾਣਗੇ। ਹਾਂਜੀ, ਨਾਨਕ ਵਾਚੈ ਧੂੜ ਤਨ ਪ੍ਰਭ ਸ਼ਰਨੀ ਦਰ ਪੜੀਆਂ ਮਗਰ ਪ੍ਰਭ ਆਰਾਧਨਾ ਬਹੁੜ ਨੇ ਜਨਮੜੀਆਂ। ਪੋਹ ਦਾ ਮਹੀਨਾ, ਐਤਵਾਰ ਦਾ ਦਿਨ, ਮਹਾਰਾਜ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ 12 ਮਾਹ ਨੇ। 12 ਮਾਹ ਦਾ ਅਸਲੀ ਮਕਸਦ ਹੈ 12 ਮਹੀਨੇ 12 ਮੌਸਮ, ਜੋ ਜੋ ਮੌਸਮ ਆਉਂਦਾ ਹੈ ਉਸ ਤਰ੍ਹਾਂ ਗੁਰੂ ਸਾਹਿਬ ਜੀ ਫਰਮਾਉਂਦੇ ਆ। ਸਾਡਾ ਫਰਜ਼ ਹੈ ਕਿ ਅਸੀਂ ਉਸ ਮਾਲਕ ਦੇ ਅੱਗੇ ਬੇਨਤੀ ਕਰੀਏ, ਐ ਮਾਲਕ ਜੋ ਸਮਾਂ ਸਾਡੇ 'ਤੇ ਆਇਆ ਹੈ ਇਹ ਸੁੱਖ ਸ਼ਾਂਤੀ ਦਾ ਲੰਘ ਜਾਏ, ਅਸੀਂ ਤੇਰਾ ਨਾਮ ਜਪੀਏ, ਤੇਰੀ ਸਾਧ ਸੰਗਤ ਦੀ ਸੇਵਾ ਕਰੀਏ, ਸਾਡੇ ਵਿੱਚ ਉਹ ਗੁਣ ਪਾ ਦੇ ਜਿਨ੍ਹਾਂ ਗੁਣਾਂ ਦੇ ਨਾਲ ਅਸੀਂ ਤੇਰਾ ਨਾਮ ਜਪੀਏ, ਉਹ ਮਤ ਪਾ ਦੇ ਸਾਡੇ ਵਿੱਚ, ਸਾਨੂੰ ਰੋਜ਼ ਦੀ ਰੋਜ਼ ਆਪਣੀ ਝੋਲੀ ਫਲਾਈ ਰੱਖਣੀ ਚਾਹੀਦੀ ਹੈ। ਐ ਮਾਲਕ ਸਾਨੂੰ ਉਸ ਨਾਮ ਦਾ ਖੈਰ ਪਾ ਦੇ, ਉਸ ਚੰਗੇ ਕੰਮਾਂ ਦਾ ਸਾਨੂੰ ਖੈਰ ਪਾ ਦੇ, ਅੱਛੇ ਕੰਮਾਂ ਦੇ ਸਾਨੂੰ ਦਾਤ ਬਖਸ਼ ਦੇ, ਸਾਡੇ 'ਤੇ ਕਿਰਪਾ ਕਰ। ਪਰ ਸਾਨੂੰ ਰੋਜ਼ ਰੋਜ਼ ਹੀ ਮੰਗਣਾ ਚਾਹੀਦਾ ਹੈ, ਇੱਕ ਦਿਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਫਕੀਰ ਜਿਹੜੇ ਹੈ ਇਹ ਰੋਜ਼ ਹੀ ਮੰਗਦੇ ਹੈ। ਸਾਡਾ ਦੁਨੀਆ ਦਾ ਔਰ ਫਕੀਰਾਂ ਦਾ ਸਿਰਫ ਇੰਨਾ ਹੀ ਫਰਕ ਹੈ, ਦੱਸਿਆ ਹੈ ਬਾਣੀ ਦੇ ਵਿੱਚ, ਬਾਹਰੋਂ ਉਲਟ ਕੇ ਆਮਦਾ ਫੇਰ ਅੰਦਰ ਭਜਨ ਰੱਬ ਦਾ ਪੌਰ ਚ ਰੱਖੜੀ ਹੈ। ਬਾਹਰੋਂ ਉਲਟ ਕੇ ਆਮਦਾ ਫੇਰ ਅੰਦਰ ਭਜਨ ਰੱਬ ਦਾ ਪੌਰ ਚ ਰੱਖੜੀ ਹੈ, ਜਿਹੜੀ ਗੱਲ ਮਲੂਮ ਗ੍ਰਿਸ਼ਤੀਆਂ ਨੂੰ ਕੋਈ ਸਾਧੂਆਂ ਵਿੱਚ ਨਹੀਂ ਵੱਖਰੀ ਹੈ। ਭਾਈ ਗ੍ਰਿਸ਼ਤੀਆਂ ਨੂੰ ਵੀ ਪਤਾ ਹੈ ਪਰਮਾਤਮਾ ਦਾ, ਸਾਧੂਆਂ ਨੂੰ ਕੋਈ ਵੱਖਰੀ ਗੱਲ ਨਹੀਂ। ਸਿਰਫ ਗ੍ਰਿਸ਼ਤੀ ਅਸੀਂ ਜਦ ਸਾਨੂੰ ਕੋਈ ਦੁੱਖ ਪੈਦਾ ਹੁੰਦਾ ਹੈ ਅਸੀਂ ਉਸ ਵਕਤ ਪਰਮਾਤਮਾ ਨੂੰ ਯਾਦ ਕਰਦੇ ਹਾਂ। ਸਾਧੂ ਦੁੱਖ ਔਰ ਸੁੱਖ ਦੇ ਵਿੱਚ ਹਰ ਵਕਤ ਹੀ ਯਾਦ ਕਰਦੇ ਰਹਿੰਦੇ ਹੈ, ਸਿਰਫ ਇੰਨਾ ਕੁ ਫਰਕ ਹੈਗਾ। ਔਰ ਗ੍ਰਿਸ਼ਤੀਆਂ ਨੂੰ ਵੀ ਪਤਾ ਹੈ ਕਿ ਸਾਨੂੰ ਚਾਹੀਦਾ ਉਸ ਪਰਮਾਤਮਾ ਦਾ ਨਾਮ ਜਪਣਾ।
ਸੁੱਖਾਂ ਦੇ ਵਿੱਚ ਪਤਾ ਨਾ ਲੱਗਾ ਕੀ ਕਰ ਸ਼ੁਕਰ ਗੁਜ਼ਾਰੀ ਦਾ, ਦੁੱਖਾਂ ਦੇ ਵਿੱਚ ਪਤਾ ਲੱਗਾ ਕਾਹਨੂੰ ਨਾਮ ਵਿਸਾਰੀ ਦਾ। ਜਦ ਸਾਨੂੰ ਕੋਈ ਸੁੱਖ ਹੁੰਦਾ ਹੈ ਫਿਰ ਸਾਨੂੰ ਪਰਮਾਤਮਾ ਭੁੱਲ ਜਾਂਦਾ ਹੈ, ਅਸੀਂ ਅਹੰਕਾਰੀ ਹੋ ਜਾਂਦੇ ਹਾਂ, ਮਾਨੀ ਬਣ ਜਾਂਦੇ ਹਾਂ। ਪਰ ਜਦੋਂ ਦੁੱਖ ਆਉਂਦਾ ਹੈ ਫਿਰ ਅਸੀਂ ਸੋਚਦੇ ਹਾਂ ਕਿ ਕਾਹਨੂੰ ਅਸੀਂ ਨਾਮ ਵਿਸਾਰਿਆ, ਕਾਹਨੂੰ ਈਸ਼ਵਰ ਦੀ ਭਗਤੀ ਨਹੀਂ ਕੀਤੀ। ਇਸ ਵਾਸਤੇ ਮਹਾਰਾਜ ਪੰਜਵੀਂ ਪਾਤਸ਼ਾਹੀ ਦੇ ਜਿਹੜੇ ਮੁੱਖ ਵਾਕ ਪਵਿੱਤਰ ਮੁਖ ਤੋਂ ਬਚਣ ਨਿਕਲੇ ਹੈ, ਸਾਨੂੰ ਇਹਨਾਂ 'ਤੇ ਅਤਕਾਰ ਕਰਨਾ ਚਾਹੀਦਾ, ਵਿਸ਼ਵਾਸ ਕਰਨਾ ਚਾਹੀਦਾ ਔਰ ਇਹਨਾਂ ਦੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿੱਥੋਂ ਤੱਕ ਵੀ ਹੋ ਸਕੇ ਅਸੀਂ ਇਹਨਾਂ ਦੇ ਬਚਨਾਂ 'ਤੇ ਚੱਲਣ ਦੀ ਕੋਸ਼ਿਸ਼ ਕਰੀਏ। ਹਾਂਜੀ, ਕੋਕ ਤੁਖਾਰ ਨਾ ਵਿਆਪਈ ਕੰਠ ਮਿਲਿਆਰ ਨਾ ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲਗਣਾ ਸਾ। ਗੁਰੂ ਸਾਹਿਬ ਜੀ ਹੁਣ ਪੋਹ ਦਾ ਮਹੀਨਾ ਦੱਸ ਰਿਹਾ ਹੈ, ਕਿਉਂਕਿ ਪੋਹ ਦੇ ਮਹੀਨੇ ਵਿੱਚ ਅਸੀਂ ਤਮਾਮ ਲੋਕ ਸਭ ਸਫਾਈਆਂ ਸਫੂਈਆਂ ਕਰਕੇ ਕੂੜਾ ਕੰਡ ਕੇ ਇਕੱਠਾ ਕਰ ਦਿੰਦੇ ਹਾਂ ਔਰ ਪੋਹ ਦੇ ਮਹੀਨੇ ਦਾ ਅਸੀਂ ਇੰਤਜ਼ਾਮ ਕਈ ਕਰਦੇ ਹਾਂ, ਕੋਈ ਗਰਮ ਕੱਪੜੇ, ਕੋਈ ਗੀਠੀਆਂ ਪਕਾ ਲੈਂਦਾ ਹੈ, ਕੋਈ ਹੋਰ ਕੰਮ ਕਰ ਲੈਂਦਾ ਹੈ। ਪੋਹ ਦੀ ਸ਼ਰਦੀ ਜਿਹੜੀ ਹੈ ਇਹਦੇ ਬਚਣ ਵਾਸਤੇ ਅਸੀਂ ਕਈ ਯਤਨ ਕਰਦੇ ਹਾਂ, ਲੇਕਿਨ ਸੰਤ ਕਹਿੰਦੇ ਆ ਕਿ ਜਿੱਥੇ ਸ਼ਰਦੀ ਪੈ ਰਹੀ ਹੈ ਉਹਦੇ ਬਾਰੇ 'ਚ ਕੋਈ ਯਤਨ ਨਹੀਂ। ਸਾਡੇ ਅੰਦਰ ਕਾਮ ਕ੍ਰੋਧ ਮੋਹ ਲੋਭ ਹੰਕਾਰ ਇਹਨਾਂ ਦੀ ਸਾਨੂੰ ਮਨ ਮਾਇਆ ਦੀ ਸ਼ਰਦੀ ਪੈ ਰਹੀ ਹੈ, ਇੱਥੇ ਸਾਡੇ ਦੁਨੀਆ ਦੇ ਯਤਨ ਨਹੀਂ ਜਾ ਸਕਦੇ। ਇੱਥੇ ਨਾਮ ਦੀ ਜ਼ਰੂਰਤ ਹੈ। ਸਾਡਾ ਮਨ ਜਿਹੜਾ ਹੈ ਇੱਕ ਮਣਕੇ ਦੀ ਤਰ੍ਹਾਂ ਡੋਲਕਦਾ ਰਹਿੰਦਾ ਹੈ, ਪਰ ਜਿਹਨਾਂ ਫਕੀਰਾਂ ਨੇ ਦਿਨ ਰਾਤ ਬੰਦਗੀ ਕਰਕੇ ਇਸ ਮਨ ਦੇ ਮਣਕੇ ਵਿੱਚ ਛੇਕ ਕਰ ਲਿਆ, ਧਾਗੇ 'ਚ ਪਰੋ ਲਿਆ, ਉਹ ਨਹੀਂ ਡਲਕ ਸਕਦਾ, ਨਾ ਉਹ ਦੁਖੀ ਹੋ ਸਕਦਾ ਹੈ, ਨਾ ਉਹ ਅੱਗੇ ਪਿੱਛੇ ਜਾ ਸਕਦਾ ਹੈ। ਸਾਡਾ ਜਿਹੜਾ ਹੈ ਇਹ ਮਨ ਡਲਕਦਾ ਰਹਿੰਦਾ ਹੈ, ਅੱਗੇ ਪਿੱਛੇ ਜਾਂਦਾ ਰਹਿੰਦਾ ਹੈ। ਸੁਖੀ ਕਿਹਨਾਂ ਨੂੰ ਦੱਸ ਰਹੇ ਗੁਰੂ ਸਾਹਿਬ ਜੀ, ਜਿਹਨਾਂ ਨੇ ਉਸ ਮਨ 'ਚ ਛੇਕ ਕਰਕੇ ਧਾਗੇ 'ਚ ਪਰੋ ਲਿਆ, ਉਹ ਜੀਵ ਸੁਖੀ ਇਹ ਹੋ ਜਾਂਦੇ, ਉਹਨਾਂ ਨੂੰ ਪੋਹ ਦਾ ਮਹੀਨਾ ਕੁਛ ਨਹੀਂ ਕਰ ਸਕਦਾ। ਹਾਂਜੀ, ਕੋਖ ਤੁਖਾਰ ਨਾ ਵਿਆਪਈ ਕੰਠ ਮਿਲਿਆਰ ਨਾ, ਜਿਹਦੇ ਅੰਦਰ ਉਹ ਨਾਮ ਦੀ ਤਾਕਤ ਆ ਗਈ ਉਹਨੂੰ ਇਹ ਪੋਹ ਦੀ ਸ਼ਰਦੀ ਕੀ ਕਰ ਸਕਦੀ ਹੈ। ਹਾਂਜੀ, ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗਣਾ ਸਾ। ਆਪਣੇ ਮਨ ਨੂੰ ਸਤਿਗੁਰ ਦੇ ਚਰਨਾਂ ਦੇ ਵਿੱਚ ਭੇਜ ਦਿੱਤਾ, ਹਾਲਣ ਜੋਗਾ ਨਹੀਂ ਛੱਡਿਆ, ਸ਼ੇਖ ਕਰ ਦਿੱਤਾ, ਧਾਗੇ 'ਚ ਪਰੋ ਦਿੱਤਾ, ਦਰਸ਼ਨ ਲਗੜਾ ਚਾਓ। ਦਰਸ਼ਨ ਉਹਨਾਂ ਜੀਵਾਂ ਨੂੰ ਹੀ ਦਰਸ਼ਨਾਂ ਦਾ ਫਾਇਦਾ ਹੈ ਕਿ ਜਿਹੜੇ ਜੀਵ ਨਾਮ ਜਪਦੇ ਹੈ, ਜਿਹਨਾਂ ਦੇ ਅੰਦਰ ਪਿਆਰ ਹੈ। ਬਾਣੀ 'ਚ ਵੀ ਗੁਰੂ ਸਾਹਿਬ ਜੀ ਫਰਮਾਉਂਦੇ ਹੈ, ਸਤਿਗੁਰ ਕੋ ਸਭ ਜੱਗ ਦੇਖਦਾ ਜੇਤੀ ਆਇਆ ਸੰਸਾਰ, ਪਰ ਡਿੱਠਿਆਂ ਮੁਕਤ ਨਹੀਂ ਹੋਵੀ ਜਦ ਸ਼ਬਦ ਨਾ ਤਰੇ ਪਿਆਰ। ਭਾਈ, ਅਸੀਂ ਸਾਰੀ ਦੁਨੀਆ ਦੇਖਦੇ ਹਾਂ ਸੰਤਾਂ ਮਹਾਂਪੁਰਖਾਂ ਨੂੰ, ਲੇਕਿਨ ਸਾਨੂੰ ਨਜ਼ਾਰਾ ਉਸ ਵਕਤ ਆਏਗਾ, ਉਸ ਵਕਤ ਦਰਸ਼ਨ ਦਾ ਸਾਨੂੰ ਕਦਰ ਹੋਏਗਾ ਜਦੋਂ ਅਸੀਂ ਭਜਨ ਕਰਾਂਗੇ। ਅਸੀਂ ਭਜਨ ਕਰਾਂਗੇ, ਸਾਨੂੰ ਕੁਛ ਨਾ ਕੁਛ ਅੰਦਰ ਸੁੱਖ ਮਿਲੇਗਾ, ਫਿਰ ਸਾਨੂੰ ਦਰਸ਼ਨ ਦਾ ਵੀ ਫਾਇਦਾ ਹੋਏਗਾ, ਦਰਸ਼ਨ ਦਾ ਵੀ ਕੁਝ ਕਦਰ ਹੋਏਗਾ। ਨਹੀਂ ਤਾਂ ਅਸੀਂ ਤਾਂ ਜੀਵ ਆਪਣੇ ਵਰਗਾ ਵੀ ਫਕੀਰਾਂ ਨੂੰ ਨਹੀਂ ਸਮਝਦੇ, ਆਪਣੇ ਤੋਂ ਵੀ ਅਸੀਂ ਠਾਂ ਸਮਝਦੇ ਹਾਂ, ਆਪਣੀ ਅਕਲ ਨੂੰ ਅਸੀਂ ਜ਼ਿਆਦਾ ਸਮਝਦੇ ਹਾਂ, ਫਕੀਰਾਂ ਦੀ ਅਕਲ ਘੱਟ ਸਮਝਦੇ ਹਾਂ। ਪਰ ਫਕੀਰ ਕੀ ਕਰਨ, ਲੋਕ ਨਿਆਣੇ ਮਤਾਂ ਦਿੰਦੇ, ਆਸ਼ਕਾਂ ਮਤ ਨਹੀਂ ਆਵੇ, ਫਕੀਰ ਕੀ ਕਰਨ, ਚਾਹੇ ਉਸ ਦੀ ਮਤ ਲੈ ਲੈਣ
परमात्मा की मत लै लैन चाहे लोगों की मत लै लैन। गुरु नानक देव जी महाराज जदों अपने वापस आया सी अपने खूह ते बैठा सी बाहर, मैता कालू और चाचा लालू दोवें उन्हां दे पास गए ते कहन लगे नानक घर चल तुहानू तेरा परिवार जेड़ा वो मिलना चाहुंदा है। गुरु साहब जी कहन लगे मेरा तो परिवार ही होर है, मेरा तो परिवार ही नहीं तो बराए नाम है, मेरा असली परिवार सुख देने वाला होर है। वो केड़ा परिवार है तेरा? खेमा हमारी माता, संदोख हमारा पिता, प्रेम प्यार मेरा चाचा, तीरज हमारी ती कहिए। लोग मत देंदे आशकां मत नहीं आवे, ऐ दुनिया आशकां नूं मतां दिंदी है लेकिन आशकां नूं मत नहीं आउंदी। चाहे वह मत उस महबूबू की लै लैन, उस परमात्मा की मत लै लैन, चाहे दुनिया की मत लै लैन। दुनिया की मत लै के अज तक कोई कामयाब नहीं होया। जिसने भी दुनिया की मत ली है वो मिट्टी च मिल गया, मिट्टी च मिल गया, उसकी जिंदगी बर्बाद हो गई। परासर ऋषि जी योग अभ्यास करके अपने घर नू जा रहे सी, दरिया टपते ही दुनिया की मत आ गई अंदर, एक काम दृष्टि आई, सारी तपस्या बर्बाद हो गई। कोई भी दुनिया की मत लैंदा है साधु फकीर, कोई तपस्वी है कोई योगी है, जिहड़ा दुनिया की मत लाएगा बर्बाद हो जाएगा। और पिछे हो गए जिन्हें जिन्हें मत ली है हो गए बर्बाद, जिंदगी बर्बाद कर देती। 88,000 वर्ष ऋषि ने तपस्या की, एक दुनिया की खाश अंदर आई, 88,000 वर्ष की तपस्या जी बर्बाद हो गई। जो गुरु साहब की बाणी जी फरमा रहे ठीक फरमा रहे, क्योंकि संतां दा प्यार, संतां दे विचार जिहड़े हुंदे है उन्हां दा प्यार उस प्रभु नाल लगा हुंदा है, उस परमात्मा दे नाल लगा हुंदा है। ये दुनिया दे साडे परिवार बराए नाम हुंदे है, वो बराए नाम इन्हां नूं समझदे है, असीं इन्हां दे विच खुभे होंदे आ। सानू सारे इहदे विच कोई सुख ते है नहीं। गुरु नानक देव जी महाराज फरमाउंदे है नानक दुखी आ सब संसार, सो सुखी आ जो नाम होता। सारे संसार का एक जायजा लैके गुरु साहब जी फरमाते हैं कि सारा संसार दुखी है, कोई दस रहा कोई गुजे अपने अंदर रख रहा है, किसी ने गुजियां गुब्बा लगने किसी ने बाहरों लगनी, लग सारे रही। हाँ जी, ओट गोबिंद गोपाल राय सेवा स्वामी लाओ, बिख्या पोए ना सकई मेर साधु गुण गाओ। गुरु साहब जी बड़े प्यार दे नाल फरमा रहे हैं कि गुरमुख जेड़ा है वो सिर्फ अपने सतगुर की सेवा, गुर सेवा तो सब की सेवा। जैसे समुद्र दे विच तमाम नदियां कट्ठियां होके मिल जांदियां ने, इस तरह ही गुरु साहब जी फरमाते हैं गुर की सेवा सब की सेवा। अगर मुर्शद का कहना सिख मनदा है तो तमाम देवियां देवते ऋषि मुनि हौलिए पकंबर सारे की सेवा हो जाती है। दुनिया की मिसाल ले लो, तुसी जेड़ा अपने पिता का लड़का कोई हुक्म मनदा है प्यार करता है उहदे हुक्म नाल चलता है कि उहदे चाचे ताए नाराज होंदे उहदे ते, वह भी खुश होंदे है, सज्जन मित्र भी खुश होंदे है, आल गुआंढी जिन्हां का कोई मतलब नहीं वह भी खुश होंदे है कि भाई ये बड़ा अच्छा बंदा है, अपने पिता का हुक्म मनदा है, अपने पिता नूं सुखी रखता है। इस वास्ते गुर राजी तो करता राजी, काल कर्म की चले ना बाजी। जेड़े आशिक ने वो कोई कर्म नहीं करते, किसी कर्म की जरूरत नहीं, एको ही कर्म है जेड़ा साड़ा मुश्किल जिहदे विचों सानू सब कुछ मिलना है।
महाराज चौथी पातशाही ने केड़ा कर्म किया है, सिर्फ 70 बार चौंदरे बनाए है मुर्शिद के कहन मुताबक, और अपने आप की कुर्बानी दे दी, और उन्होंने ही मुर्शिद नु खुश कर लिया। खुश करके उन्होंने गुरगद्दी भी दे दी, साध संग की सेवा भी सौंप दी। तीसरी पातशाही गुरु अमरदास जी ने 12 साल पानी अपने मुर्शिद का लिया के उन्होंने स्नान कराते रहे है, और 12 साल लग गए। 12 मील सफ़र सी रोज़ का, 6 मील जाना और 6 मील आना, और मुर्शिद नु खुश कर लिया। लख खुशियाँ पातशाहियाँ ये गुरु नदर करे, खिणे का हर नाम दे मेरा मन तन शीतल करे। मुर्शिद नु खुश कर लिया, गुरगद्दी भी दे दी, सात संगत की सेवा भी बख्श दी। कई बार अगे भी दसिया, गुरु नानक देव दे बकर भाई लैणा उन्होंने पास रहिंदा सी, ते संत इम्तिहान उसका ही लैंदे है जिहड़ा कुछ करदा, जिन करना कख नहीं उहदा इम्तिहान भी लैण की लोड़ नहीं। जिहड़ा पढ़ता इम्तिहान उहदा ही हुंदा है, जिहड़ा नहीं पढ़ता उहदा इम्तिहान कहदा है। गुरु नानक देव दे बकर ओ माघ दीआं रातां सन, अद्धी रात दा समां सी, सारे निकटवर्ती जिहड़े सी सारिआं नूं बुलाया, प्रेमियां नूं, ऐ मेरे कपड़े धो के लियाओ, नाल सका के लियाओ। सारिआं जवाब दे दिता कि इस वक्त कपड़े कित्थे सुकणे ऐ, जां असीं राती धोवांगे सुकणगे किदां। ओ माघ दीआं रात दिनां दिन नहीं कपड़े सुकदे, रात कित्थे सुकणे, सारे जवाब दे दिता। भाई लहने वाल देखिया जदों, वो चुप करके, उहने नहीं सोचिया कुछ भी, इत्थे सोच की लोड़ नहीं हैगी, उहने कुछ नहीं सोचिया, कपड़े चुके तुर पिया। जदों शहर दे बाहर गया रावी दे किनारे, आड़ जेड़ की गर्मी सी, कपड़े साफ किए सुकाए लै के आ रहा सी, आगे फिर इस तरह दरवाज़ा टकोरिया, गुरु साहब ने कहा कि तू कौन है, बोल नहीं सकया। अंदर प्यार सी, बिरिया सी, अंदर सोच आ गई कि मैनू मुर्शिद की पूछ रहा है, मैं की दसा, मैनू पूछ रहा तू कौन है, तो मैनू नहीं पता कि मैं कौन। फिर दरवाज़ा इदा टकोरिया, फिर गुरु साहब ने आवाज़ दी कि तू कौन है, बोलिया फिर भी नहीं। फिर गुरु साहब ने उठ के दरवाज़ा खोलिया, देखिया भाई लैणा बाहर खड़ा सी, कहन लगे मैं किन्नी आवाज़ा मारियाँ तू बोलिया नहीं, रो पिया। अंदर वराग सी, प्यार सी, अंदर कहन लगा सच्चे पातशाह जो कुछ तुसी पुछदे ही मैं तुहानू दस नहीं सकदा, मैनू नहीं पता कि मैं कौन हाँ, मेरा पता तुहानू है कि मैं कौन हाँ, मैनू खुद पता ही नहीं कि मैं कौन हाँ, मेरा पता तुहानू है कि मैं कौन आएगा, मैं की दसदा तुहानू, मैं दस नहीं सकदा। उस वेले गुरु साहब ने गल ना ला लिया, भाई लैणिया तू साडे पासों कुछ लैना है, असी तेरा कुछ देना है। गुरगद्दी भी उन्होंने दे दी, साध संगत की सेवा भी दे दी। भाई मुर्शद पासों अफसर दे सिपाही जे अपने अफसर का आदर माण नहीं करेगा, वह कहना ना मनूगा, तो सिपाही अफसर किदा बनेगा, की सराह बन सकता है। मैं कई बार तुहानू जम्मू की साखी सुनाई है कि 47 च जदों शेख अब्दुल्ला मुख्यमंत्री बनया, तो पुल के उत्ते पहरा लाया सी मिलटरी का, टाइम रखिया कि रात वेले शहर च नहीं कोई जान देना। शेख अब्दुल्ला बाहरों आया, किते काम गए होंगे किते अगे पिछे, वो लंघन लगा सिपाही ने रोक लिया। शेख अब्दुल्ला कहिंदा कि तैनूं नहीं पता कि मैं कौन हाँ, कहिंदा पता है, पता तुसी मुख्यमंत्री जम्मू कश्मीर दे हो, पर मेरे अफसर का हुक्म है मैं नहीं लंघन देना, अगर जबरदस्ती करोगे मैं गोली मार देंगा। कहिंदा तैनूं पता नहीं मैं मुख्यमंत्री हाँ, हाँ मैनूं पता है, मैनूं भुल थोड़ी है, पर मेरे मुर्शिद मेरे अफसर का हुक्म है
कि इस टाइम तो बाद किसी को लंघन नहीं देना, मैं अपने अफसर का हुक्म मनना है। आखिर वो अफसर को फोन किया, फिर अफसर ने उन्होंने फोन किया कि लंघन दे, फिर उन्हें लंघन दिता। दूजे दिन उस सिपाही नूं अफसर ने अफसर बना दिता, फीतियां ला दित्तियां, नंबर ला दिते कि तू शेर है, बहादुर है, जिन्हें एक मुख्यमंत्री को नहीं डरिया, परवाह नहीं की, साड़ा हुक्म मनिया। अफसर दे शेख दुल्ले ने तो नहीं बनाना, बनाना तो वो अफसर ने अफसर बनाना सी। शेख दुल्ला बेशक भावें वह मुख्यमंत्री सी, पर उन्होंने तो अफसर नहीं सी बनाना, उन्हें अपने मुर्शद का हुक्म मनिया, अपने अफसर का। इस तरह अज तू कई साल पहले तुसी संता महापुरखा दी साखियां उन्हां दे तुसी बाणियां पढ़ो, हर एक ने अपने मुर्शद नूं खुश कीता है, उस दौलत दे पासे खुश कीता, खुश करके लै लिया सब कुछ। दुनिया विच भी जिहड़ा अपना कोई बच्चा माँ प्यो नूं खुश करता है, वो जो मर्जी अपनी डिमांड पूरी कर सकता है, जो मर्जी है माँ प्यो दे जेब चों पैसे भी कढ लैंदा, हसदा तां माँ प्यो कुछ भी नहीं उन्हों कह सकता, पर गुस्से नाल तो नहीं ले सकता। साड़ा ये फर्ज है कि संतां महापुरखां दी जिहड़ी बाणी है सांझी है बाणी, ये किसी एक नूं नहीं, सानू सारयां नूं कह रही बाणी, बाणी साडे सारयां वास्ते बणी है, ये किसी का संत ना नहीं लैंदे हैगे, वो सानू सारयां नूं कह रहे है, भाई जो भी असीं कह रहे हां तुसीं ये मन्नो, साडे आखे लगो, आओ तुहानू असीं अपने देश लै चलीए, तुसीं साडे आखे लग के काम करो जो असीं तुहानू दसदे हां। वो सानू की दसदे आ कि भाई चोरियां ठगियां फरेबकारियां छड़ दिओ और नाम जपो, ईश्वर की भगती करो। हाँ जी, ओट गोबिंद गोपाल राय सेवा स्वामी लाओ, देखिया पोएन सकई मिल साधु गुण गाओ। जदों असी साधु की संगत करांगे फिर सानू ये बिख्या साढ़े अंदर जिहड़ी है ये कुछ नहीं कर सकती। बिख्या से अमृत पिया जब राम नाम लिब लगी, बिख्या से अमृत पिया जब राम नाम लिब लगी, यही बिख्या जिहड़ी है ये अमृत बन जाती है, बदल जाता हर एक जो भी साढ़े अंदर जो चीज़ां ने सब बदल जांदियां ने। फकीरां दे अंदर जो जो चीज़ होंदी है ज्यों ज्यों नाम जपदे है वो बदल जांदियां। जिस तरह असीं किसी अच्छे बंदे नाल प्यार करिए, अच्छे बंदे की संगत करिए, तो आस्ते आस्ते साढ़े अंदर भी जिहड़े गुनाह होंदे है वो निकल जांदे है और साढ़े विच भी अच्छी मत आ जांदी है, एक दिन असीं भी अच्छे बन जावांगे। गुरू साहब जी जो बाणी च फरमा रहे हैं कि जिहड़े साधु की संगत करते हैं, साधु की संगत विच रहिंदे हैं, उन्हां नूं बिख्या जिहड़ा जहर है वह कुछ नहीं कर सकता। वह साढ़े अंदर काम क्रोध मोह लोभ हंकार ये सारे जहर ने। कभी साढ़े च क्रोध आ जाता है, असीं वह काम कर देंदे हां कि सानू जेलां च जा के धक्के खाणा पैंदे है, कभी साढ़े च मोह आ जाता है, कभी लोभ आ जाता है, कभी हंकार आ जाता है। तो कबीर साहब जी महाराज फरमाउंदे हंकारिया सो मारिया, किया कराया सब गया जब आया हंकार। जदों साडे च हंकार आउंदा है साडी तपस्या साडे जग मोशे साडे तीर्थ जो असी करदे आ सब बर्बाद हो जांदे, सब बर्बाद हो जांदे। ये साडे अंदर जिहड़ियां शक्तियां बैठियां ने जदों भी सिख नाम जपदा है तो आस्ते आस्ते ये खत्म हो जांदियां ने, वो एक किस्म दे नरोल हो जांदे, साफ हो जांदे है, ते अपने आप नूं कदी भी अपनी शक्ति नूं अपनी ताकत नूं उधार नहीं करदे, वो माड़े तों माड़े बने रहिंदे है, गरीब तों गरीब बने रहिंदे है। हाँ जी, जह ते उपजी तै मिली सच्ची प्रीत समाओ, कर गलिनी पार ब्रह्मा बहुर न बेचड़िया। गुरु साहब जी बड़े प्यार दे नाल फरमा रहे हैं
कि जिथों असी पैदा होए जिस समुंदर की बूंद असी आए असी मिल जुल के फिर उस समुंदर में चला गए। असी उस परमात्मा के समुंदर का एक कतरा दुनिया में आए और एक दूसरी नदी के नाल मिल के असी फिर उस समुंदर के विच दाखिल हो गए। जिथों आए उत्थे पहुँच गए असी सुखी बन गए, हमेशा का सानू सुख मिल गया। सुख तद ही सानू मिलेगा जब असी अपने घर जावांगे। श्री गुरु रविदास महाराज ने भी उस देश का नाम की दसिया, बेगमपुरा, बेगमपुरा मेरे शहर का नाओ। गुरु साहब जी फरमाते हैं बेगमपुरा, जिथे कोई गम नहीं, कोई डर नहीं, कोई खतरा नहीं, वो मेरा शहर है। पर जो मेरे शहर का शहरी है वो मेरा दोस्त है, वो मेरा सज्जन है, वो मेरा मित्र है, जिहड़ा मेरे शहर का शहरी है। फकीरां दे मित्र कौन हुंदे है? जिहड़े फकीरां दे नाल मिलदे है, चाहे वह किसी भी कौम मजहब का है, चाहे वह हिंदू है, चाहे मुसलमान है। जो फकीरां दी लैण ते फकीर चलदा है वह उन्हां दे मित्र हुंदे है, उन्हां दे वह प्यारे हुंदे है, चाहे वह किसी भी मजहब का, किसी भी कौम का, किसी भी देश का है, वह उन्हां दे प्यारे है। सामने नज़र आउंदा है, सारियां नूं पता है कि गुरु ग्रंथ साहब के विच सारियां नूं एकत्र किया, सारियां नूं शामिल किया जां नहीं, क्या उन्हां दे प्यारे होए कि नहीं। मुसलमाना दी बोली, मुसलमाना दे फकीर जिहड़े होए है उन्हां दी इतिहास विच पाए है। हिंदू चाहे कोई माड़ा होया, चाहे गरीब होया, चाहे कोई इस्त्री चाहे पुरश होया, सारियां दा, सारियां दे नाल संतां ने प्यार किया, सारियां नूं उन्हां ने अपना समझिया कि साडे हैगे। फकीर उन्हां नूं ही अपना दोस्त ते अपना यार ते अपना सज्जन समझदे है जिहड़े उन्हां दे शहर दे शहरी बनते हैं, जिहड़े उन मालिक दे प्यारे बनते हैं, उस मालिक दे गुण गाउंदे है, वह फकीरां दे दोस्त होंदे है, वही प्यारे होंदे है। हाँ जी, जैते उपजी तै मिली सच्ची प्रीत समाओ, कर गलिनी पार ब्रह्म बौरन पे चढ़िया, शर्म पई नारायण नानक दर पड़िया। गुरु साहब जी ये शब्द समाप्त करते हुए बड़े प्यार दे नाल फरमा रहे हैं कि असी उन्हां तों वारे वारे जाते हाँ जिहड़े ईश्वर का नाम जपते हैं, असी उन्हां दे वारे वारे जाते हाँ, उन्हां दा धन्नवाद करते हाँ कि जेड़े उस मालिक दे नाल प्यार करते हैं। हाँ जी, शर्म पई नारायण नानक दर पइया, पोह सुखंदा सर्व सुख जिस बख्शे बे परवाओ। गुरु साहब जी बड़े प्यार दे नाल फरमा रहे हैं कि ये महीना पौधा किन्नू सुखी है, कौन सुखी है, ये विच ये साडा जन्म जेड़ा मनुष्य जन्म यही महीना है, कौन सुख लै रहा जेड़ा उस मालिक दे गुण गा रहा, जेड़ा मालिक दी भगती कर रहा, जेड़ा उस ईश्वर का नाम जप रहा है, वो इस महीने सुख लै जाएगा, जिहड़ा नाम नहीं जपेगा उहदे वास्ते चौरासी तैयार है। सारे संत कहिंदे है, सारे महापुरख जितने दुनिया ते आए है सब कहिंदे है भाई वह दुखां च रहणगे, साथ जना तो विछड़ के फिर सानू दुख ही पैदा होणगे। हजूर कई बार फरमाउंदे होंदे सी कि बेड़ी दे मलां नाल गुस्से हो के कोई बेड़ी चों निकल जाएगा तो दरिया च डुबना ही है, उसने तर नहीं सकता। बेड़ी दे मलाह नाल असी गुस्से हो जावांगे, जिसने सानू पार लेना है
ਅਸੀਂ ਗੁੱਸੇ ਹੋ ਕੇ ਬੇੜੀ 'ਚ ਛਾਲ ਮਾਰ ਕੇ ਬਾਹਰ ਪਾਣੀ ਦੇ ਵਿੱਚ ਚਲੇ ਜਾਵਾਂਗੇ, ਅਸੀਂ ਡੁੱਬ ਜਾਵਾਂਗੇ, ਅਸੀਂ ਪਾਰ ਨਹੀਂ ਹੋ ਸਕਦੇ। ਸਾਡਾ ਉਸ ਮਲਾਹ ਦੇ ਨਾਲ ਪਿਆਰ ਚਾਹੀਦਾ, ਸਾਨੂੰ ਉਸ ਮਾਲਕ ਨਾਲ ਪਿਆਰ ਚਾਹੀਦਾ ਹੈ ਕਿ ਜਿਹਦੇ ਘਰ ਅਸੀਂ ਜਾਣਾ ਹੈ, ਜਿਸ ਨੇ ਸਾਨੂੰ ਸੁੱਖ ਦੇਣਾ ਹੈ। ਹਾਂਜੀ, ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਪੋਖ ਸੁਹਾਂਦਾ ਸਰਬ ਸੁਖ ਜਿਸ ਬਖਸ਼ ਬੇ ਪਰਵਾਹ।